ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮਿਹਨਤੀ ਨੌਜਵਾਨ ਨੂੰ ਮਿਲਾਉਣ ਜਾ ਰਹੇ ਹਾਂ ਜਿਹੜੇ ਕਿ ਪੇਸ਼ੇਵਜੋਂ ਬੇਸ਼ੱਕ ਵਕੀਲ ਹੈ ਪਰ ਹੁਣ ਉਹ ਮਧੂਮੱਖੀ ਪਾਲਣ ਦੇ ਕਿੱਤੇ ਵਿੱਚ ਇੱਕ ਆਪਣਾ ਜਿਹੜਾ ਨਵੇਕਲਾ ਨਾਂ ਕਮਾ ਚੁੱਕਿਆ ਹੈ ਤੇ ਪਿੰਡ ਇਹਨਾਂ ਦਾ ਬੇਸ਼ੱਕ ਸੈਦਾਂਵਾਲੀ ਹੈ ਬਾਬੋਰ ਦੇ ਨੇੜਲਾ ਪਰ ਅੱਜ ਅਸੀਂ ਇਹਨਾਂ ਕੋਲੇ ਪਹੁੰਚੇ ਹੋਏ ਹਾਂ ਰਾਜਸਥਾਨ ਜਿੱਥੇ ਇਹਨਾਂ ਨੇ ਮੱਖੀਆਂ ਰੱਖੀਆਂ ਹੋਈਆਂ ਤੇ ਜਿਹੜਾ ਕੰਮ ਹੈ ਇਹਨੂੰ ਅੱਜ ਇੱਥੇ ਚਲਾ ਰਹੇ ਆ ਪ੍ਰੇਮ ਜੀ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਓਨਲੀ ਐਗਰੀਕਲਚਰ ਤੇ ਤੁਹਾਡਾ ਜੀ ਬਹੁਤ-ਬਹੁਤ ਸਵਾਗਤ ਹੈ ਅੱਛਾ ਇਹ ਜਿਹੜਾ ਆਪਣਾ ਮਧੂਮੱਖੀ ਪਾਲਣ ਦਾ ਜਿਹੜਾ ਕੀਤਾ ਹੈਗਾ ਇਹਦੇ ਨਾਲ ਤੁਸੀਂ ਕਿਵੇਂ ਜੁੜੇ ਤੇ ਕਿਦਾਂ ਮਤਲਬ ਇਹਨੂੰ ਹੁਣ ਤੱਕ ਰਨਿੰਗ ਕਰ ਰਹੇ ਹੋ ਮੈਂ 2010 ਸੇ ਮੇਰਾ ਇੰਟਰਸਟ ਤਾਂ ਮੱਖੀ ਮੈਂ 2010 ਸੇ ਮੈਂ ਇਸ ਧੰਦੇ ਮੈਂ ਆਇਆ ਸਟਾਰਟਿੰਗ ਮੈਂ ਮੈਨੇ ਸਿਰਫ 10 ਬਾਕਸ ਲਏ ਟ੍ਰੇਨਿੰਗ ਲਈ ਪਹਿਲੇ ਕੇਵੀ ਕੇ ਫਰੇਜ਼ਬੁਰ ਸੇ दस बॉक्स लेके काम शुरू किया लेकिन वो गलत समय ले लिया मार्च के टाइम ले लिया और एक बार मेरा मन वापस पड़ गया कि छोड़ो इसको लेकिन मेरे ब्रदन लाए जो आज अध्यापक हैं वो मेरे साथ थे उस वक्त वो कहते नहीं इसको काम करेंगे आगे बढ़ाएंगे फिर हमने अगस्त दो में हमने साठ बक्से और लिए उसके बाद धीरे 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 इसमें पता लगा कि इसमें अगर टेक्निकल तरीके से काम किया जाए तो इसमें अच्छी इनकम है ठीक है तो फिर मैंने वकालत के साथ साथ ये काम भी शुरू कर दिया और इसकी अर्निंग अच्छी है और आज मैं कम से कम आठ दस बंदों को रोज़गार दे रखा हूँ कम दस बंदे मेरे पास काम कर रहे हैं तीन चार बंदे मेरे पास लेबर हैं और जो बॉक्स बनाते हैं और कंधे है उनमें भी मतलब ही कुछ डायरेक्टली है कुछ इनडायरेक्टली हैं 2012 में मैंने फुल फ्लैज ये काम शुरू कर दिया उस वक्त मेरे पास ढाई सौ तीन सौ बॉक्स थे ठीक है और 2013 12 13 के बाद 2015 में एक बार मेरा डाउनफॉल भी आया मेरी पूरी पूरी गाड़ी ख़त्म हो गई लेकिन पंद्रह के बाद फिर मैंने पीछे मुड़ के नहीं देखा आज मेरे पास साढ़े तीन सौ चार सौ बॉक्स भी है और मैं शायद मार्केट से ख़रीद भी रहा हूँ ख़रीद के उसको आगे जो मेरे मित्र एक्सपोर्टर हैं उनको मैं सेल करता हूँ मैं ट्रेडिंग कर रहा हूँ उसके बाद दो में मैंने मेरे मेरे को पुश देने वाले जो लॉस के बाद कमलवीर एंटर, एंटरप्राइज प्राइवेट लिमिटेड कमलवीर सिंह फ्रॉम पटियाला से उन्होंने मेरे को पोलन का काम शुरू करवाया अपने पैसे दे के मेरे को मेरी मदद करके उन्होंने मेरे पे काम पे विश्वास किया मेरे नाम पे देखा भी प्रेम किसी प्रेम ने पैसा नहीं खाया किसी का नुकसान नहीं किया उन्होंने मेरे को इतना पुश किया कि मैंने फिर दोबारा से इस फील्ड में आ गया आज मैं शायद भी ख़रीद रहा हूँ और पोलन भी ख़रीद रहा हूँ दूसरे बी की पर भाइयों का और जो मार्केट का रेट और सेट रेट पर ख़रीद रहा हूँ और आगे इसको जो एक्सपोर्टर है उनके साथ डील करके आगे सेल करते हैं ਕਪਰੇਮ ਜੀ ਇਹ ਦੱਸਿਓ ਵੀ ਜਿਹੜੇ ਨਵੇਂ ਕਿਸਾਨ ਐ ਜਾਂ ਨੌਜਵਾਨ ਐ ਉਹ ਇਸ ਕਿੱਤੇ ਨਾਲ ਜੁੜਨਾ ਚਾਹਣ ਮਤਲਬ ਸਹਾਇਕ ਧੰਦੇ ਵਜੋਂ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਜੀ ਟ੍ਰੇਨਿੰਗ ਹੈ ਖੇਤੀ ਵਿਗਿਆਨ ਕੇਂਦਰ ਜਿੰਨੇ ਵੀ ਆਪਣੇ ਡਿਸਟ੍ਰਿਕਟ ਹੈੱਡਕੁਆਰਟਰ ਚ ਬਣੇ ਵੀ ਐ ਉਹਨਾਂ ਨਾਲ ਰابطਾ ਕਾਇਮ ਕਰਕੇ ਸਭ ਤੋਂ ਪਹਿਲਾਂ ਤਾਂ ਟ੍ਰੇਨਿੰਗ ਠੀਕ ਹੈ ਜੀ 5 ਦਿਨਾਂ ਦੀ 10 ਦਿਨਾਂ ਦੀ 3 ਦਿਨਾਂ ਦੀ ਮੋਡਲੀ ਟ੍ਰੇਨਿੰਗ ਹੈ ਉਹ ਟ੍ਰੇਨਿੰਗ ਲੈਣ ਤੋਂ ਬਾਅਦ ਕਿਸੇ ਚੰਗੇ ਬੀ ਕੀਪਰ ਕਿਸੇ ਵੀ ਜਿਹੜਾ ਉਹਦਾ ਨਜ਼ਦੀਕ ਬੀ ਕੀਪਰ ਹੈ ਉਹਦੇ ਨਾਲ ਰਾਬਤਾ ਕਾਇਮ ਕਰਕੇ 10 ਬਾਕਸ ਤੋਂ ਸਤੰਬਰ ਵਿੱਚ ਇਸ ਕੰਮ ਧੰਦੇ ਨੂੰ ਸ਼ੁਰੂਆਤ ਕੀਤਾ ਜਾਵੇ ਤਾਂ ਉਹ ਵਾਸਤੇ ਉਹਦੇ ਵਾਸਤੇ ਲਾਭਵੰਦ ਹੈ 10 ਬਕਸਿਆਂ ਤੋਂ ਸਰੋਂ ਤੇ ਆਉਂਦਿਆਂ ਹੁੰਦਾ ਉਹ ਇਨਸਾਨ ਜਾਂ ਉਹ ਨੌਜਵਾਨ ਕੰਮ ਦਾ ਮਤਲਬੀ ਉਹਨੂੰ ਕੰਮ ਦੀ ਨੋਲਿਜ ਆ ਜਾਏਗੀ ਤੇ ਉਹ ਸਭ ਕੰਮ ਸਿੱਖ ਜਾਏਗਾ ਉਸ ਤੋਂ ਬਾਅਦ ਅਗਰ ਜੇ ਉਹਦੇ ਕੋਲੇ ਵਿੱਤੀ ਸਹਾਇਤਾ ਹੈਗੀ ਤਾਂ ਠੀਕ ਹੈ ਕੁਝ ਹੋਰ ਦੇ ਕੋਲ ਹੈਗੀ ਤਾਂ ਕੁਝ ਬਾਹਰ ਸਰਕਾਰ ਤੇ ਪੰਜਾਬ ਸਰਕਾਰ ਜੀ ਆਪਣੇ ਕੌਮੀ ਬਾਗਬਾਨੀ ਮਿਸ਼ਨ ਦੇ ਤਹਿਤ 50 ਡੱਬੇ 80000 ਰੁਪਏ ਕੁੱਲ ਸਬਸਿਡੀ ਦਿੰਦੀ ਹੈ ਠੀਕ ਹੈ ਜੀ ਵੀ ਉਹਨੂੰ ਇੱਕ ਵਾਰੀ ਆਪ ਦਾ ਕੰਮ ਸ਼ੁਰੂ ਕਰਨ ਵਾਸਤੇ 50 ਤੋਂ 60 ਬਕਸਿਆਂ ਤੋਂ ਇੱਕ ਨੌਜਵਾਨ ਆਪ ਦੀ ਇੱਕ ਸਾਲ ਦੀ ਐਨਿਕ ਪੈਦਾਵਾਰ ਲੈ ਲੈਂਦਾ ਕਿ ਉਹ ਆਪ ਦਾ ਠੀਕ ਠਾਕ ਗੁਜ਼ਾਰਾ ਕਰ ਸਕਦਾ ਹੈ ਠੀਕ ਹੈ ਸਟਾਰਟਿੰਗ 10 ਬਕਸੇ ਤੋਂ 2 ਤੋਂ 3 ਮਹੀਨੇ ਸਿੱਖੇ ਉਹ ਠੀਕ ਹੈ ਜੀ ਟ੍ਰੇਨਿੰਗ ਲੈਣ ਤੋਂ ਬਾਅਦ ਵੀ ਉਸ ਤੋਂ ਬਾਅਦ ਉਹਨੂੰ ਮੰਨ ਲਓ ਵੀ 50 ਤੋਂ 60 ਬਕਸੇ ਹੈ ਉਸ ਤੋਂ ਬਾਅਦ ਇਹ ਬਡਾਵੇ ਤੇ 100 150 ਬਕਸੇ ਨਾਲ ਇੱਕ ਆਦਮੀ ਆਰਾਮ ਦੇ ਨਾਲ ਮਹੀਨੇ ਦੇ 30 30000 ਰੁਪਿਆ ਕਮਾਈ ਕਰ ਸਕਦਾ ਹੈ 30 40000 ਦੇ ਵਿਚਾਲੇ ਕਿਉਂਕਿ ਸ਼ਾਇਦ ਉਹ ਹੌਲਸੇਲ ਵਿੱਚ ਕੁਝ ਆਪਦਾ ਰਿਟੇਲ ਕਰੇ ਠੀਕ ਹੈ ਜੀ ਠੀਕ ਹੈ ਹੁਣ ਤਾਂ ਨਵੇਂ ਅਫਸਰ ਵਧਿਆ ਪਹਿਲਾਂ ਕੱਲਾ ਸ਼ਾਇਦ ਸੀ ਹੁਣ ਪੋਲਨ ਵੀ ਵਿਕਣ ਲੱਗ ਗਿਆ ਪਰ ਪੋਲਿਸ ਹੁੰਦਾ ਹੈਗਾ ਮੱਖੀ ਅਲੱਗ-ਅਲੱਗ ਪਦਾਰਥਾਂ ਤੋਂ ਦੁੱਧ ਕੱਢ ਕੇ ਲਿਆਉਂਦੀ ਹੈਗੇ ਰਸ ਕੱਢ ਕੇ ਲਿਆਉਂਦੀ ਹੈ ਜੋ ਆਪਦੇ ਮਤਲਬ ਹੀ ਉਹ ਉਹਦੇ ਇੱਕ ਐਂਟੀਬਾਇਟਿਕ ਮੈਡੀਸਿਨ ਹੈ ਮੱਖੀ ਵਾਸਤੇ ਮੱਖੀ ਦੀ ਆਪਦੀ ਉਹ ਵੀ ਵਿਕਦਾ 2000 ਰੁਪ ਬਾਕੀ ਹੋਰ ਚੀਜ਼ਾਂ ਮੱਖੀ ਦਾ ਜ਼ਹਿਰ ਹੈ ਹੋਰ ਹੈ ਲੇਕਿਨ ਉਹਨਾਂ ਦੀ ਫਿਲਹਾਲ ਹਿੰਦੁਸਤਾਨ ਚ ਮਾਰਕੀਟ ਨਹੀਂ ਗਈ ਪ੍ਰੋਬਲਮ ਹੈ ਲੇਕਿਨ ਇਹ ਦੋ ਤਿੰਨ ਚੀਜ਼ਾਂ ਦੀ ਮਾਰਕੀਟ ਹੈ ਸ਼ਹਿਦ ਦੀ ਹੈ ਪੋਲਨ ਦੀ ਹੈ ਤੇ ਪ੍ਰਪੋਲਿਸ ਦੀ ਹੈਗੀ ਤੇ ਤੁਹਾਡੇ ਵੈਕਸ ਦੀ ਹੈਗੀ ਬੀ ਵੈਕਸ ਦੀ ਠੀਕ ਹੈ ਹਾਂਜੀ ਇੱਕ ਜਿਵੇਂ ਮੰਨ ਲਓ ਮੈਂ ਕਿਸੇ ਨੇ ਇਹਨੂੰ ਸ਼ੁਰੂ ਕਰ ਲਿਆ ਇਹ ਕੰਮ ਕੰਮ ਸ਼ੁਰੂ ਕਰਨ ਤੋਂ ਬਾਅਦ ਫਿਰ ਉਹਨੂੰ ਇੱਕ ਇਹ ਜ਼ਰੂਰ ਦੱਸੋ ਵੀ ਉਹਨੂੰ ਜਿਹੜੀਆਂ ਮੁਢਲੀਆਂ ਦਿੱਕਤਾਂ ਮਤਲਬ ਬੜੀਆਂ ਆਉਂਦੀਆਂ ਜਿਨਾਂਵੇਂ ਕੰਮ ਚ ਕਿਸੇ ਵੀ ਆਉਂਦੀਆਂ ਵੈਸੇ ਉਹ ਵੀ ਉਹ ਕੀ ਕੀ ਆਉਂਦੀਆਂ ਹੈਗੀਆਂ ਤੇ ਕਿਦਾਂ ਮਤਲਬ ਇਹਨੂੰ ਸੰਭਾਲਦਾ ਇਹਦਾ ਕਿਦਾਂ ਹੈਗਾ ਕਿੱਥੇ ਕਿੱਥੇ ਇਹਨੂੰ ਲੈ ਕੇ ਜਾਣ ਦੀ ਲੋੜ ਹੁੰਦੀ ਹੈ ਜਦੋਂ ਸ਼ਹਿਦ ਵਾਸਤੇ ਮੱਖੀਆਂ ਦੇ ਡੱਬੇ ਨੂੰ ਦੇਖੋ ਦਿੱਕਤ ਤਾਂ ਇਹਦੇ ਵਿੱਚ ਕੋਈ ਨਹੀਂ ਆਉਂਦੀ ਜੇ ਆਪਣਾ ਵਿਵਹਾਰ ਚੰਗਾ ਹੈ ਦਿੱਕਤ ਇੱਕੋ ਹੀ ਆਉਂਦੀ ਜਿੱਥੇ ਆਪਾਂ ਮੱਖੀ ਦੇ ਡੱਬੇ ਰੱਖਦੇ ਆਂ ਸਾਹਮਣੇ ਲਾ ਕਿਸਾਨ ਆ ਉਹਨੂੰ ਸਮਝਾਣਾ ਹੈ ਵੀ ਤੇਰੇ ਵਾਸਤੇ ਮੱਖੀਆਂ ਬਹੁਤ ਫਾਇਦੇਮੰਦ ਹੈ ਉਹਨਾਂ ਨੂੰ ਐਜੂਕੇਟ ਕੁਝ ਕੁਝ ਧਾਪਾ ਕਰਨਾ ਹੈ ਬੀ ਕੀਪਰ ਨੇ ਕੁਝ ਉਹਨਾਂ ਨੂੰ ਜਿਹੜਾ ਸੰਬੰਧਿਤ ਖੇਤੀਬਾੜੀ ਵਿਭਾਗ ਹੈ ਉਹ ਕਰੇ ਕਿ ਪੋਲੀਨੇਸ਼ਨ ਕਰਦੀਆਂ ਇਹ ਨੁਕਸਾਨ ਨਹੀਂ ਕਰਦੀਆਂ ਦੂਜੀ ਦਿੱਕਤ ਔਰ ਕੋਈ ਨਹੀਂ ਹੈ ਹਾਂ ਮਾਈਗਰੇਟਰੀ ਹੈ ਅਗਰ ਤੇ ਤੁਹਾਡੇ ਕੋਲ 100 ਬਕਸੇ ਹੈ 100 ਬਕਸੇ ਜਿਹੜੇ ਹੈਗੇ ਉਹ ਮਾਈਗਰੇਟਰੀ ਹੈ ਮਾਈਗਰੇਟਰੀ ਮਤਲਬ ਇੱਕ ਥਾਂ ਤੋਂ ਦੂਜੀ ਥਾਂ ਤੇ ਇਹਨਾਂ ਨੂੰ ਲਿਜਾਣਾ ਪੈਂਦਾ ਹੈ ਸਰਵਾਈਵ ਕਰਨ ਵਾਸਤੇ ਜਾਂ ਆਪਾਂ ਜਿਆਦਾ ਸ਼ਹਿਦ ਲੈਣ ਵਾਸਤੇ ਰਾਜਸਥਾਨ ਕਰੀਬ ਕਰੀਬ ਮੱਖੀ ਆ ਜਾਂਦੀ ਹੈਗੀ 15 ਸਤੰਬਰ 15 20 ਸਤੰਬਰ ਦੇ ਆਸ-ਪਾਸ ਉਸ ਤੋਂ 베ਰੀ ਚੱਲਦੀ ਹੈ 베ਰੀ ਤੋਂ ਬਾਅਦ ਸਰੋਂ ਆ ਜਾਂਦੀ ਹੈ ਫੇਰ ਮੱਖੀ ਫੈਬਰੂਰੀ ਲਾਸਟ ਦੇ ਮਾਰਚ ਦੇ ਫਸਟ ਹਫਤੇ ਆਪਣੇ ਪੰਜਾਬ ਜਾਣੀ ਵਾਪਸ ਸ਼ੁਰੂ ਹੋ ਜਾਂਦੀ ਹੈ ਪੰਜਾਬ ਹਿਮਾਚਲ ਏਰੀਆ ਚ ਠੀਕ ਹੈ ਕਿਉਂਕਿ ਇੱਥੇ ਰਸਤਾਨ ਫਲੋਰਾ ਖਤਮ ਹੋ ਜਾਂਦਾ ਹੈ ਟਾਲੀ ਦਾ ਹੈ ਲੇਕਿਨ ਉਹ ਐਕਸੈਪਸ਼ਨਲ ਚੀਜ਼ ਹੈਗੀ ਕਈ ਵਾਰ ਚੱਲ ਜਾਂਦਾ ਹੈ ਕਈ ਵਾਰ ਨਹੀਂ ਚੱਲਦਾ ਠੀਕ ਹੈ ਫਿਰ ਇਥੋਂ ਪਠਾਨਕੋਟ ਆਪਣੇ ਪੂਰਾ ਪੰਜਾਬ ਹੈਗਾ ਜਿਹੜੀ ਬੈਲਟ ਹੈਗੀ ਉਹ ਸਫੈਦੇ ਦੀ ਹੈ ਬਰਸੀਨ ਦੀ ਹੈ ਮਲਟੀ ਦੀ ਹੈ ਠੀਕ ਹੈ ਟਾਲੀ ਵੀ ਹੈਗੀ ਉਹ ਉੱਥੇ ਸਾਰੇ ਉੱਥੇ ਫਸਲਾਂ ਉੱਥੇ ਸ਼ਹਿਦ ਲੰਨੇ ਆਪਾਂ ਲੀਚੀ ਦਾ ਸ਼ਹਿਦ ਹੋ ਗਿਆ ਉਸ ਤੋਂ ਬਾਅਦ ਆ ਵਾਪਸ ਮੱਖੀ ਜਿਹੜੀ ਹੈਗੀ ਫਿਰ ਯੂਪੀ ਜਾਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਸ ਤੋਂ ਬਾਅਦ ਸਿਰ ਮੱਖੀ ਨੂੰ ਸਰਵਾਈਵ ਕਰਨਾ ਹੁੰਦਾ ਹੈ ਬਚਾਣਾ ਹੁੰਦਾ ਹੈ ਠੰਡੇ ਏਰੀਆ ਚ ਲਿਜਾ ਕੇ ਗਰਮ ਏਰੀਆ ਚ ਜਿੱਥੇ ਮੱਖੀ ਨੂੰ ਪੋਲਣ ਮਿਲ ਜਾਵੇ ਤੇ ਉਹਦੀ ਆਰਟੀਫੀਸ਼ੀਅਲ ਫੀਡ ਦੇ ਤੌਰ ਤੇ ਖੰਡ ਦਾ ਕੋਲ ਬਣਾ ਕੇ ਮੱਖੀ ਨੂੰ ਟਾਈਮ-ਟਾਈਮ ਤੇ 10 ਦਿਨਾਂ ਤੋਂ ਐਨਾ ਕੁ ਦਿੱਤਾ ਜਾਂਦਾ ਹੈ ਕਿ ਉਹ ਜਿੰਦਾ ਰਹਿ ਜਾਵੇ ਜਦੋਂ ਤਾਈ ਕੁਦਰਤੀ ਰੂਪ ਦੇ ਵਿੱਚ ਨੈਕਟਰ ਨਹੀਂ ਨਿਕਲਦਾ ਕੁਦਰਤੀ ਰੂਪ ਦੇ ਵਿੱਚ ਸ਼ਾਇਦ ਨਹੀਂ ਆਉਂਦਾ ਮੱਖੀ ਬਾਰੇ ਥੋੜੀ ਜੀ ਜਾਣਕਾਰੀ ਦਿਓ ਸਾਡੇ ਨੌਜਵਾਨਾਂ ਨੂੰ ਵੀ ਇਹਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਇੱਕ ਜਿੱਦਾਂ ਰਾਣੀ ਮੱਖੀ ਹੁੰਦੀ ਹੈ ਜਿਹੜੀ ਕਹੀ ਜਾਂਦੀ ਹੈ ਉਹ ਮਤਲਬ ਕਿੱਥੋਂ ਮਿਲਦੀ ਹੈ ਕਿਦਾਂ ਇਹ ਸ਼ਹਿਦ ਦੀ ਇਹਦੀ ਪ੍ਰਕਿਰਿਆ ਹੁੰਦੀ ਹੈ ਔਰ ਇਹਨਾਂ ਦਾ ਜਿਹੜਾ ਲਾਈਫ ਸਟ੍ਰਕਚਰ ਹੈ ਮਤਲਬ ਕਿੰਨੀ ਇੱਕ ਲਾਈਫ ਕੀ ਹੁੰਦੀ ਹੈ ਮੱਖੀ ਦੀ ਆਪਾਂ ਹਿੰਦੁਸਤਾਨ ਤੋਂ ਮੋਸਟਲੀ ਚਾਹ ਤਰ੍ਹਾਂ ਦੀਆਂ ਮੱਖੀਆਂ ਜਿਹੜੀ ਸ਼ਹਿਦ ਇਕੱਠਾ ਕਰਨ ਵਾਲੀਆਂ ਜੀ ਮੋਸਟਲੀ ਨਾਰਮਲੀ ਐਪਿਸ ਮੈਲੀਫੇਰਾ ਲੇਗਿਸਟਿਕਾ ਜਿਹੜੀ ਸਪੈਸ਼ਲੀ ਡੱਬਿਆਂ ਦੇ ਵਿੱਚ ਪਾਲੀ ਜਾਂਦੀ ਹੈ ਹਿੰਦੁਸਤਾਨ ਦੇ ਵਿੱਚ ਜਿਹੜੀ ਇੱਕ एपिस पर, एपिस ਪ੍ਰਜਾਤੀ ਦੀ ਮੱਖੀ ਹੈ। ਦੂਵੀਂ ਦੂਜੀ ਹੈ ਜੀ एपिसirana indica ਜਿਹਨੂੰ ਭਾਰਤੀ ਮੱਖੀ ਕਹਿੰਦੇ ਨੇ। ਠੀਕ ਹੈ ਜੀ। ਤੀਜੀ ਮੱਖੀ एपिस फ्लोरिया ਜਿਹੜੀ ਲੱड्डੂ ਮੱਖੀ ਆਪਣੇ ਘਰਾਂ ਦੇ ਵਿੱਚ ਲੱਗ ਜਾਂਦੀ ਹੈ ਛੋਟੀ ਜੀ ਨਿੱਕੀ ਨਿੱਕੀ ਬਰੀਕ ਜੀ। ਚੌਥੀ ਮੱਖੀ ਹੈ ਜੀ एपिस डोरਸੈਟਾ ਜਿਹਨੂੰ ਆਪਾਂ ਡੂਮਣਾ ਕਹਿੰਦੇ ਆ ਵੱਡੀ ਮੱਖੀ ਦੀ ਵੱਡੀ ਹੁੰਦੀ ਜਿਹੜੀ। ਚਾਰ ਪ੍ਰਕਾਰ ਦੀ ਮੋਸਲੀ ਮੱਖੀਆਂ ਜਿਹੜੀ ਹਿੰਦੁਸਤਾਨ 'ਚ ਪਾਲੀ ਵੀ ਜਾਂਦੀਆਂ ਆ ਜਿਨ੍ਹਾਂ ਦਾ ਸ਼ਹਿਦ ਇਕੱਠਾ ਕੀਤਾ ਜਾਂਦਾ ਹੈਗਾ। ਠੀਕ ਹੈ ਜੀ। ਪਰ ਸਭ ਤੋਂ ਜ਼ਿਆਦਾ ਕਮਰਸ਼ੀਅਲ ਤੌਰ ਤੇ ਸ਼ਹਿਦ ਦਾ ਉਤਪਾਦਨ ਹੈਗਾ। ਉਹ ਐਪਿਸ ਮੈਲੀਫੈਰਾ ਲੇਗਿਸਟਿਕਾ ਪ੍ਰਜਾਤੀ ਜਿਹੜੀ ਹਿੰਦੁਸਤਾਨ ਚ ਪਾਲੀ ਜਾਂਦੀ ਹੈਗੀ ਉਹ ਦਿੰਦੀ ਹੈ। ਠੀਕ ਹੈ ਜੀ। ਰਾਣੀ ਦਾ ਉਤਪਾਦਨ ਅਜੇ ਆਪਣੇ ਹਿੰਦੁਸਤਾਨ ਚ ਕਮਰਸ਼ੀਅਲ ਤੌਰ ਤੇ ਨਹੀਂ ਹੁੰਦਾ। ਠੀਕ ਹੈ। ਇੱਕ ਦੋ ਵਾਰੀ ਕਈ ਕੰਪਨੀਆਂ ਨੇ ਡਾਬਰ ਕੰਪਨੀ ਨੇ ਕੀਤਾ ਹੈ ਜਾਂ ਕੁਝ ਬੀ ਕੀਪਰ ਭਰਾ ਕਰਦੇ ਹੈਗੇ। ਪਰ ਉਹ ਨਾਰਮਲੀ ਆਪਦੇ ਤੌਰ ਤੇ ਕਰਦੇ ਕਿਉਂਕਿ ਇਹ ਚੱਲਨ ਆਪਣੇ ਹਿੰਦੁਸਤਾਨ ਚ ਨਹੀਂ ਆਇਆ। ਆਪਣੇ ਬਕਸਾ ਹੀ ਦਿੱਤਾ ਜਾਂਦਾ ਹੈ ਮੱਖੀ ਦਾ। ਤੇ ਇਹ ਇੱਕ ਲਾਈਫ ਸਾਈਕਲ ਹੈ ਵਰਕਰ ਬੀ ਦਾ ਲਾਈਫ ਸਾਈਕਲ 42 ਡੇਜ਼ ਹੁੰਦਾ ਹੈਗਾ। ਡੱਬੇ ਦਾ 21 ਦਿਨ ਡੱਬੇ ਦਾ 21 ਦਿਨ ਬਾਰਦਾ। ਤੇ ਇੱਕੀ ਦਿਨਾਂ ਬਾਅਦ ਮਤਲਬ ਕਰੀਬ-ਕਰੀਬ ਉਹ ਆਪ ਦੇ ਸੈਲ ਚੋਂ ਬਾਹਰ ਨਿਕਲਦੀ ਏ ਟੋਟਲ ਕਾਊਂਟ ਕਰੀਏ ਤਾਂ 63 ਦਿਨ ਹੈ ਲੇਕਿਨ ਜੋ ਵਰਕਿੰਗ ਦਾ ਲਾਈਫ ਸਾਈਕਲ ਹੈ ਨਿਕਲਣ ਤੋਂ ਬਾਅਦ ਉਹ 42 ਡੇਸ ਦਾ ਹੈ ਰਾਣੀ ਦਾ ਤਨਕਸਾਲ ਹੈ ਡਰੋਨ 65 ਤੋਂ 70 ਦਿਨ 75 ਦਿਨ 80 ਦਿਨ 85 ਦਿਨ ਉੱਪਰ ਡਿਪੈਂਡ ਕਰਦਾ ਹੈ ਵੀ ਜੇ ਉਹ ਟਾਈਮ ਇਨ ਟਾਈਮ ਆ ਜੇ ਮੇਟ ਹੋ ਗਿਆ ਤਾਂ ਡੈਥ ਹੋ ਜੂਗੀ ਨਹੀਂ ਤਾਂ ਉਹ ਸਰਵਾਈਵ ਕਰ ਜਾਂਦਾ ਵਰਕਰ ਬੀਜ਼ ਹੈ ਕਈ ਵਾਰੀ ਕੁਝ ਐਕਸੈਪਸ਼ਨਲ ਟਾਈਮ ਦੇ ਵਿੱਚ ਆਪਦੀ ਲਾਈਫ ਵਧਾ ਲੈਂਦੀ 6 ਮਹੀਨੇ ਵੀ ਕਰ ਲੈਂਦੀ ਹੈ ਬਾਰੋਂ ਕੁਝ ਵੀ ਨਿਕਾਣ ਨੂੰ ਆ ਰਿਹਾ ਕੋਤੇ ਡੱਬਾ ਮਰਨ ਦੇ ਕੰਡੀਸ਼ਨ ਤੇ ਆ ਉਹ ਐਕਸੈਪਸ਼ਨਲ ਹੈਗੇ ਜਿਹੜਾ ਸਾਨੂੰ ਮਤਲਬ ਯੂਨੀਵਰਸਿਟੀ ਦੱਸਦੀ ਹੈ ਵੀ ਕੁਝ ਐਕਸੈਪਸ਼ਨਲ ਟਾਈਮ ਹੁੰਦਾ ਜਦੋਂ ਮੱਖੀ ਆਪਦਾ ਲਾਈਫ ਸਾਈਕਲ ਬਦਾਲ ਲੈਂਦੀ ਹੈ ਆਦਰਵਾਇਜ਼ 42 ਡੇਸ ਹੈ ਰਾਣੀ ਅਸੀਂ ਬਾਕਸ ਨੂੰ ਤਿਆਰ ਕਰਦੇ ਹਾਂ ਫਾਰ ਇਗਜ਼ਾਮਪਲ 10 ਫਰੇਮ ਤੇ ਬਾਕਸ ਹੈਗਾ ਤਾਂ ਇਹਨੂੰ ਅਸੀਂ ਦੋ ਦੋ ਹਿੱਸਿਆਂ ਚ ਵੰਡ ਲੰਨੇ ਆ ਜਾਂ ਇਹ ਤੋਂ ਮਤਲਬ ਦੋ ਫਰੇਮੇ ਚੁੱਕ ਲਏ ਦੋ ਚੁੱਕ ਲਏ ਦੋ ਚੁੱਕ ਲਏ ਦੋ ਚੁੱਕ ਲਏ 8 ਫਰੇਮ ਤੇ ਇੱਕ ਨਵਾਂ ਬਾਕਸ ਤਿਆਰ ਕਰ ਲੰਨੇ ਆ ਉਹਦੇ ਵਿੱਚੋਂ 16 ਦਿਨਾਂ ਬਾਅਦ ਜਦੋਂ ਮਤਲਬ ਵੀ ਬਿਨਾ ਰਾਣੀ ਰਹੇ ਤਾਂ ਬਕਸਾ ਆਏਗਾ ਤਾਂ ਮੱਖੀਆਂ ਨੂੰ 24 ਘੰਟਿਆਂ ਬਾਅਦ 24 ਤੋਂ 36 ਘੰਟਿਆਂ ਬਾਅਦ ਪਤਾ ਲੱਗਦਾ ਵੀ ਸਾਡੇ ਵਿੱਚ ਸਾਡੀ ਪ੍ਰધાન ਜਿਹੜੀ ਰਾਣੀ ਹੈਗੀ ਜਿਹੜੀ ਮੈਨੇਜਮੈਂਟ ਸਾਰਾ ਕਰਦੀ ਹੈ ਉਹ ਨਹੀਂ ਹੈਗੀ ਤਾਂ ਫਿਰ ਇੱਕੋ ਸੈੱਲ ਚੁੱਕਣੀ ਆ ਇੱਕ ਰਾਣੀ ਸੈੱਲ ਵਰਕਰ ਵਰਕਰਸ ਮਤਲਬ ਇਹ ਅੰਡੇ ਤੋਂ ਵਰਕਰ ਵੀ ਅੰਡੇ ਤੋਂ ਉਹ ਸੈੱਲ ਉਹ 16 ਦਿਨਾਂ ਬਾਅਦ ਅਨਕੈਪ ਹੋਏਗਾ ਉਹਦੇ ਚੋਂ ਰਾਣੀ ਨਿਕਲੇਗੀ ਤੇ ਮੈਚੂਰ ਡਰੋਨ ਨਾਲ ਮੇਟ ਹੋਏਗੀ 16 ਤੋਂ 19 ਦਿਨਾਂ ਦੇ ਵਿੱਚ ਵਿੱਚ ਮਤਲਬ ਰਾਣੀ ਮੇਟ ਹੋ ਕੇ ਵਾਪਸ ਬਾਕਸ ਦੇ ਵਿੱਚ ਰਾਣੀ ਆਪਦੇ ਬਾਕਸ ਚੋਂ ਵਨ ਟਾਈਮ ਨਿਕਲਦੀ ਐ ਜਾਂ ਤਾਂ ਉਹ ਮੇਟ ਹੋਣ ਨਿਕਲੇਗੀ ਜਾਂ ਉਹ ਸਵਾਰਮ ਕਰਦੀ ਐ ਜਦੋਂ ਇੱਕ ਬਾਕਸ ਚੋਂ ਨਿਕਲ ਕੇ ਭਾਜੇ ਕੋਈ ਪੇੜ ਤੇ ਲੱਗ ਜਾਂਦੀ ਐ ਉਹਨੂੰ ਅਸੀਂ ਸਵਾਮਿੰਗ ਕਹਿੰਨੇ ਆ ਜਦੋਂ ਬਾਹਲੀ ਗੈਦਰਿੰਗ ਹੋ ਜਾਏ ਇੱਕ ਬਾਕਸ ਦੇ ਵਿੱਚ ਜਿਹੜੀ ਮਤਲਬ ਆਪਾਂ ਮੱਖੀ ਦੀ ਗੱਲ ਕੀਤੀ ਐ ਵੀ ਡਰੋਨ ਜਾਂ ਇੰਨਾ ਜਿਹੜੀ ਕਿਸਮਾਂ ਇਹਨਾਂ ਦੀਆਂ ਹੈਗੀਆਂ ਵਕ ਵਕ ਇਹਨਾਂ ਦਾ ਮਤਲਬ ਕਿਦਾਂ ਇਹ ਸ਼ਾਇਦ ਬਣਾਉਂਦੀਆਂ ਹੈਗੀਆਂ ਵਕ ਵਕ ਜਿਹੜਾ ਇਹਨਾਂ ਦਾ ਹੈ ਇੱਕ ਬਾਕਸ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਮੱਖੀਆਂ ਕਹਿ ਸਕਦੇ ਆਪਾਂ ਠੀਕ ਹੈ ਜੀ ਨਾਰਮਲੀ ਤਾਂ ਮੱਖੀ ਤਾਂ ਇੱਕੋ ਹੀ ਹੈਗੀ ਪਰ ਉਹ ਤਨੇ ਵਰਕਰ ਵਰਕਰ ਬੀਜ਼ ਦਾ ਕੰਮ ਹੈ ਰਾਣੀ ਤਨਨ ਵਰਕਰ ਬੀਜ਼ ਵਿੱਚੋਂ ਵੀ ਰਾਣੀ ਕੰਮ ਵੰਡਦੀ ਹੈ ਕਿ ਜਿਹੜੀ 21 ਦਿਨਾਂ ਦੀ ਹੋਗੀ ਉਹ ਬਾਹਰ ਦਾ ਕੰਮ ਕਰੂਗੀ ਬਾਹਰੋਂ ਪੋਲਣ ਪਾਣੀ ਨੈਕਟਰ ਲਿਆਏਗੀ ਠੀਕ ਹੈ ਸਾਫ ਸਫਾਈ ਦਾ ਕੰਮ ਕਰੇਗੀ ਬਾਕਸ ਦਾ ਮੰਨ ਲਓ ਵੀ ਜਿਹੜੇ ਅੰਦਰ ਮਰੀ ਮੱਖੀ ਹੈ ਕੋਈ ਬਿਮਾਰੀ ਵਾਲੀ ਹੈ ਉਹਨਾਂ ਬਾਹਰ ਸਿੱਟ ਕੇਣਾ ਉਹ ਵਰਕਰ ਬੀਜ਼ ਜਿਹੜੀ 21 ਦਿਨਾਂ ਦੀ ਹੋਗੀ ਠੀਕ ਹੈ 21 ਦਿਨਾਂ ਤੋਂ ਘਟ ਹੈ ਗਿਆ ਆਪਦੇ ਮੰਨ ਲਓ ਵੀ ਸੈਲ ਚੋਂ ਨਿਕਲ ਗਈ ਉਹ ਸਭ ਤੋਂ ਪਹਿਲਾਂ ਸੈਲ ਦੀ ਸਫਾਈ ਕਰਨੀ ਹੈ ਯਾ ਰਾਣੀ ਨੂੰ ਰਾਇਲ ਜੈਲੀ ਰਾਣੀ ਪਦਾਰਥ ਕਹਿ ਦਿੰਨੇ ਆ ਜਾਂ ਰਾਣੀ ਦਾ ਭੋਜਨ ਉਹ ਖਾਂਦੀ ਹੈ ਉਹ ਉਹਨਾਂ ਦੇ ਦਿਮਾਗ ਤੇ ਇੱਕ ਜਾੜ ਦੇ ਵਿੱਚੋਂ ਲਾਰ ਨਿਕਲਦੀ ਹੈ ਵਾਈਟ ਕਲਰ ਦੀ ਜਿੰਨੂੰ ਅਸੀਂ ਰਾਇਲ ਜੈਲੀ ਕਹਿੰਨੇ ਆ ਉਹ ਮੱਖੀ ਰਾਣੀ ਨੂੰ ਖਾਂਦੀ ਹੈ ਤੇ ਬਾਕੀ ਜਿਹੜੇ ਬੱਚੇ ਪੈਦਾ ਹੁੰਦਾ ਉਹਨਾਂ ਨੂੰ ਭੋਜਨ ਬਣਾ ਕੇ ਖਾਂਦੀ ਹੈ ਡਰੋਨ ਦਾ ਕੰਮ ਜੀ ਡਰੋਨ ਜਦੋਂ ਮੈਚੁਰ ਹੋ ਗਿਆ ਉਹਦਾ ਸਾਈਕਲ ਪੀਰੀਅਡ ਪੂਰਾ ਹੋ ਗਿਆ ਉਹਦਾ ਕੰਮ ਤੇ ਕੰਮ ਸਿਰਫ ਮੀਟਿੰਗ ਦਾ ਹੈ ਕੁਇਨ ਨਾਲ ਉਹਨੇ ਮੀਟ ਕਰਨਾ ਹੈ ਉਹਨੂੰ ਠੀਕ ਹੈ ਇੱਕ ਬਾਕਸ ਦੇ ਵਿੱਚ ਕਰੀਬ-ਕਰੀਬ ਇਸ ਟਾਈਮ 20 ਤੋਂ 25 ਹਜ਼ਾਰ ਦੇ ਸਿੰਗਲ ਬਾਕਸ ਹੈ 25 ਹਜ਼ਾਰ ਦੇ ਆਸ-ਪਾਸ 20 ਹੈਗੀਆਂ 25 ਤੋਂ 30 ਹਜ਼ਾਰ ਡਰੋਨ 500 ਤੋਂ 1000 ਵੀ ਹੋ ਸਕਦੇ 1500 ਵੀ ਹੋ ਸਕਦੇ 200 ਵੀ ਹੋ ਸਕਦੇ ਠੀਕ ਹੈ ਡਰੋਨ ਆਪ ਹੀ ਭੋਜਨ ਨਹੀਂ ਖਾ ਸਕਦਾ ਉਹਨੂੰ ਮੱਖੀਆਂ ਹੀ ਭੋਜਨ ਖਵਾਉਣੀਆਂ ਆ ਆਪੀ ਉਹਦੇ ਉਹਨੇ ਜਿਵੇਂ ਰੱਬ ਨੇ ਚੁੰਜਨੀ ਦਿੱਤੀ ਡਰੋਨ ਆਪ ਹੀ ਭੋਜਨ ਨਹੀਂ ਖਾ ਸਕਦਾ ਡਰੋਨ ਦਾ ਕੰਮ ਜਿਹੜਾ ਹੈਗਾ ਸਿਰਫ ਸਿਰ ਮੇਟ ਕਰਨਾ ਹੈ ਕਵੀਨ ਨੂੰ ਮੇਟ ਕਰਨ ਤੋਂ ਬਾਅਦ ਉਹ ਹੰਦੀ ਸਪੋਰਟ ਉਹਦੀ ਡੈਥ ਹੋ ਜਾਏਗੀ ਇੱਕ ਰਾਣੀ ਨਾਲ ਜਿੰਨੇ ਜ਼ਿਆਦਾ ਡਰੋਨ ਮੇਟ ਹੋਣਗੇ ਉੰਨੀ ਰਾਣੀ ਦੀ ਕੁਆਲਿਟੀ ਅੱਛੀ ਹੁੰਦੀ ਹੈ ਉਹ ਲੇਗ ਯਾਨੀ ਕਿ ਉਹਨੇ ਜ਼ਿਆਦਾ ਅੰਡੇ ਦੇਗੀ ਨੋਰਮਲੀ ਤਿੰਨ ਤੋਂ ਚਾਰ 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 ਡਰੋਨ ਮੇਟ ਕਰਦੇ ਇੱਕ ਕੁਇਨ ਨੂੰ ਜੇ ਉਹਨੂੰ 6 7 8 ਡਰੋਨ ਮੇਟ ਕਰਗੇ ਤਾਂ ਫਿਰ ਉਹ ਕੁਇਨ ਦੀ ਕੁਆਲਿਟੀ ਸੁਪਰ ਕੁਆਲਿਟੀ ਬੜੀ ਕੁਆਲਿਟੀ ਹੁੰਦੀ ਹੈ ਅੱਛੀ ਕੁਆਲਿਟੀ ਲੇਗ ਅੱਛੀ ਹੁੰਦੀ ਉਹਦੀ ਇੱਕ ਰਾਣੀ ਕਰੀਬ ਇਹਨਾਂ ਦਿਨਾਂ ਦੇ ਵਿੱਚ ਜਦੋਂ ਪੂਰਾ ਬਾਹਰ ਉਹ ਨੇਕਟਰ ਆ ਰਿਹਾ ਹੈ ਪੋਲਨ ਆ ਰਿਹਾ ਹੈ ਤਾਂ ਕਰੀਬ 24 ਆਵਰ ਦੇ 2.5 ਤੋਂ 3000 ਅੰਡਾ ਵੀ ਦੇ ਦਿੰਦੀ ਹੈ ਨਾਈਟ ਨਾਈਟ ਚ ਐਗਲਿੰਗ ਬਹੁਤ ਸਪੀਡ ਹੁੰਦੀ ਹੈ ਵੀ ਜਿਹੜਾ ਇੱਕ ਡੱਬਾ ਇਹ ਕਿੰਨੀ ਕੋਸਟ ਕਰਦਾ ਹੈ ਵਿਦ ਫਰੇਮ ਮੱਖੀ ਸਮੇਤ ਜਿਹੜਾ ਆਪਾਂ ਕਿਸੇ ਨੂੰ ਦਿੰਨੇ ਆ ਤੇ ਇਹਦੀ ਜਿਹੜੀ ਸਾਲ ਦੀ ਇੱਕ ਡੱਬੇ ਦੀ ਪ੍ਰਤੀ ਡੱਬਾ ਕਿੰਨੀ ਐਵਰੇਜ ਸ਼ਾਇਦ ਨਿਕਲਦਾ ਕਿੰਨੀ ਆਮਦਨ ਜਿਹੜੀ ਹੈਗੀ ਹੈ ਬੰਦੇ ਨੂੰ ਹੋ ਸਕਦੀ ਡੱਬੇ ਦਾ ਰੇਟ ਟਾਈਮ ਟੂ ਟਾਈਮ ਵਰੀ ਕਰਦਾ ਹੈਗਾ ਅੱਜ ਦੇ ਦਿਨ ਇੱਕ ਬਾਕਸ ਦਾ ਰੇਟ 5000 ਵਿਦ ਫਰੇਮ ਵਿਦ ਬੀਜ਼ ਵਿਦ ਬਾਕਸ ਸਿੰਗਲ ਬਾਕਸ ਕਰੀਬ-ਕਰੀਬ 5 5000 ਦੇ ਆਸ-ਪਾਸ 4.5 ਤੋਂ 5 ਦੇ ਵਿਚਾਲੇ ਜਿਹੜਾ ਡਬਲ ਜਿਹਾ ਪਾਕੀ ਡਬਲ ਚੈਂਬਰਡ ਬਾਕਸ ਹੈ ਇਹਦਾ ਸਾ ਇਹਦਾ ਕਰੀਬ ਕਰੀਬ ਜਿਹੜਾ ਰੇਟ ਹੈਗਾ ਉਹ 8000 ਦੇ ਪਲੱਸ ਹੋਏਗਾ 8 85000 ਦੇ ਕਿਉਂਕਿ ਇਹਦੇ ਵਿੱਚ 20 ਫਰੇਮ ਹੈਗੇ ਮੱਖੀ ਦੇ ਤਾਂ 20 ਫਰੇਮ ਹੀ 8000 ਦੇ ਹੈਗੇ ਬਾਕਸ 1000 ਦਾ 95000 ਦਾ ਪਲੱਸ ਪਊਗਾ ਸੌਰੀ ਤੇ ਇਹ ਬਾਕਸ ਜਿਹੜਾ ਹੈਗਾ ਸਿੰਗਲ ਬਾਕਸ ਹੈਗਾ ਇਹਦੀ ਅੱਜ ਦੇ ਦਿਨ 4500 ਤੋਂ 5000 ਦੇ ਵਿਚਾਲੇ ਵਿਚਾਲੇ ਰੇਟ ਹੈਗਾ 5000 ਨਾਰਮਲੀ ਜੇ ਚੰਗਾ ਬਾਕਸ ਹੈ ਤਾਂ 5000 अच्छा जे ओस्तो सुपर क्वालिटी बढ़िया क्वालिटी ਦਾ ਬਾਕਸ ਹੈਗਾ ਤਾਂ 5.5 ਹਜ਼ਾਰ ਦਾ ਵੀ ਹੈਗਾ ਚਮਕੀ ਸਮੇਤ ਫਰੇਮ ਸਾਰਾ ਕੁਝ ਲਗਾ ਕੇ ਹਾਂਜੀ ਸਾਰਾ ਕੁਝ ਕੰਪਲੀਟ ਬਾਕਸ ਹੈ 5.5 ਹਜ਼ਾਰ ਦਾ ਪੈਣਾ ਤੇ ਇੱਕ ਬਾਕਸ ਜੇ ਵੈਦਰ ਸਹੀ ਰਹੇ ਜਿਵੇਂ ਇਤ ਕੀ ਵੈਦਰ ਕੰਡੀਸ਼ਨ ਬਹੁਤ ਚੰਗੀ ਹੈ ਤਾਂ ਹੁਣ ਤੋਂ ਪਹਿਲਾਂ ਕਰੀਬ ਕਰੀ ਮੰਨ ਲਓ 12 ਤੋਂ 15 ਕਿਲੋ ਇੱਕ ਬਾਕਸ ਸ਼ਾਇਦ ਦੇ ਗਿਆ ਠੀਕ ਹੈ ਤੇ ਜੇ ਵੈਦਰ ਕੰਡੀਸ਼ਨ ਐਸੀ ਤਰ੍ਹਾਂ ਰਹਿੰਦੀ ਹੈ ਅਗਲੇ 1 ਮਹੀਨੇ ਡੇਢ ਮਹੀਨੇ ਤੱਕ 40 ਤੋਂ 45 ਦਿਨ ਤੱਕ ਰਹਿੰਦੀ ਹੈ 10-15 ਫਰਵਰੀ ਤੱਕ ਤਕਰੀਬ ਕਰੀਬ ਇੰਨਾ ਕੋਰ ਆ ਜਾਏਗਾ ਯਾਨੀ ਕਿ 30 ਕਿਜੀ ਤੀ ਤੋਂ 35 ਕਿਜੀ ਸਰੋਂ ਤੇ ਸ਼ਹਿਦ ਆਏਗਾ ਅੱਜ ਦੇ ਦਿਨ ਅਗਰ ਜੇ ਹੋਲਸੇਲ ਪ੍ਰਾਈਸ ਮੰਨੀਏ ਤਾਂ ਸਰੋਂ ਦਾ ਸ਼ਾਇਦ ਜਿਹੜਾ ਸਾਰਾ ਐਕਸਪੋਰਟ ਹੁੰਦਾ 150 ਰੁਪਏ ਪਲੱਸ ਹੈਗਾ 150 ਪੌਣੇ 200 ਦੇ ਵਿਚਾਲੇ ਚਲੇ ਦੇਖੋ ਅੱਜ ਦੇ ਦਿਨ 150 ਹੈ ਠੀਕ ਹੈ ਤੇ ਜੇ ਬਾਕੀ ਦੇਖੋ ਜੇ ਐਕਸਪੋਰਟ ਜ਼ਿਆਦਾ ਹੁੰਦਾ ਹੈ ਰੇਟ ਵੱਧ ਜਾਏ ਤਾਂ ਪਤਾ ਨਹੀਂ ਹਾਲੇਕਿਨ ਅੱਜ ਦੇ ਦਿਨ ਇੰਨਾ ਕੁ ਰੇਟ ਹੈਗਾ ਅੱਛਾ ਇੱਕ ਬਾਕਸ ਕਰੀਬ ਕਿ ਤਨ ਤੋਂ 4 ਕਿਲੋ ਪੌਲਣ ਵੀ ਦੇ ਦਿੰਦਾ ਹੈਗਾ ਬਾਕਸ ਕਰੀਬ ਕ ਮੰਨ ਲਓ ਅਗਰ ਜੇ ਵੈਦਰ ਸਹੀ ਰਹੇਗਾ ਤਾਂ 30 ਕਿਲੋ ਹੋ ਗਿਆ ਤੇ 30 ਕਿਲੋ ਦਾ ਅੱਜ ਦਾ ਰੇਟ ਜਿਹੜਾ 150 ਰੁਪਏ ਪਰ ਕਿਜੀ ਸਰੋਂ ਦਾ ਸਰੋਂਦਾ ਸ਼ਾਇਦ ਹਿੰਦੁਸਤਾਨ ਚ ਖਤ ਨਹੀਂ ਹੁੰਦਾ ਕਿਉਂਕਿ ਆ ਆਮ ਲੋਕਾਂ ਨੂੰ ਆਦਤ ਪਈ ਹੈ ਵੀ ਜੰਮਿਆ ਸ਼ਾਇਦ ਜਿਹੜਾ ਹੈਗਾ ਉਹ ਡੁਪਲੀਕੇਟ ਹੁੰਦਾ ਹੈ ਇਹ 2 ਦਿਨ ਬਾਅਦ ਕ੍ਰਿਸਟਲਾਈਜ਼ ਹੋ ਜੂਗਾ 2 ਤੋਂ 3 ਦਿਨ ਬਾਅਦ ਐਨਾ ਕ੍ਰਿਸਟਲਾਈਟ ਟਾਈਟ ਹੋ ਜਾਂਦਾ ਹੈ 4-5 ਦਿਨਾਂ ਬਾਅਦ ਵੀ ਤੁਸੀਂ ਚਮਚ ਨਾਲ ਹੀ ਪਟਣਾ ਔਖਾ ਹੋ ਜਾਂਦਾ ਹੈ ਚਮਚ ਨਾਲ ਹੀ ਨਹੀਂ ਪਟਿਆ ਜਾਂਦਾ ਲੇਕਿਨ ਇਹ ਹੈ ਤੁਸੀਂ ਦੇਖਿਆ ਵੀ 100% ਪਿਓਰ ਹੁੰਦਾ ਹੈ ਕੋਈ ਕੁਮਈ ਇਹ ਸਾਰਾ ਦਾ ਸਾਰਾ ਯੂਰਪਨ ਕੰਟਰੀ ਨੂੰ ਐਕਸਪੋਰਟ ਹੋ ਜਾਂਦਾ ਹੈ ਉਹ ਜੰਮਿਆ ਸ਼ਾਇਦ ਬਹੁਤ ਪਸੰਦ ਕਰਦੇ ਹੈਗੇ ਵੀ ਜੰਮਿਆ ਸ਼ਾਇਦ ਐਜ ਜੈਮ ਯੂਜ਼ ਕਰਦੇ ਹੋ ਦੂਜੀ ਗੱਲ ਇਹਦੇ ਵਿੱਚ ਜਿਹੜ एबीओ ਨਾ ਮਤਲਬ ਇੱਕ ਬੈਨੀਫਿਸ਼ਰੀ ਜ਼ਿਆਦਾ ਆਏਗਾ ਗਲੂਕੋਜ਼ ਦੀ ਮਾਤਰਾ ਵੀ ਜ਼ਿਆਦਾ ਆਉਂਦੀ ਫਰਕਟੋਜ਼ ਦੀ ਮਾਤਰਾ ਵੀ ਜ਼ਿਆਦਾ ਹੈਗੀ ਤੇ ਪੋਲਨ ਕਾਉਂਟਸ ਵੀ ਜ਼ਿਆਦਾ ਹੈਗੇ ਦੂਜੀ ਗੱਲ ਹੈਗੀ ਹੁਣ ਅਗਰ ਜੇ ਵੈਦਰ ਕੰਡੀਸ਼ਨ ਅੱਗੇ ਸਹੀ ਰਹਿ ਜਾਂਦੀਆਂ ਤਾਂ ਇਹ 25 ਕਿਲੋ ਅੱਗੇ ਲਿਕਵਿਡ ਸ਼ਾਇਦ ਆ ਜਾਂਦਾ ਹੈ ਜਿਹੜਾ ਆਪਣੇ ਪੰਜਾਬ ਆਣਾ ਏਕਲਿਪਟਸ ਦਾ ਹੈ ਸ਼ੀਸ਼ਮ ਦਾ ਹੈ ਤੁਹਾਡੇ ਮਲਟੀ ਦਾ ਹੈ ਲੀਚੀ ਦਾ ਹੈ ਕਿਕਰ ਦਾ ਹੈ ਕਸ਼ਮੀਰ ਜਿਹੜਾ ਨਿਕਲਦਾ ਹੈਗਾ ਉਹ 25 30 ਕਿਲੋ ਵੀ ਮਤਲਬ 25 ਵੀ 25 ਵੀ 25 ਕਿਲੋ ਵੈਦਰ ਕੰਡੀਸ਼ਨ ਅਗਰ ਚੰਗੀਆਂ ਹੈਗੀਆਂ ਜੇ ਨਾਰਮਲ ਆਈਆਂ ਤਾਂ 15 ਕਿਲੋ ਜੀ ਲਿਕਵਿਡ ਆ ਜਾਂਦਾ ਮਤਲਬ ਸਾਲ ਦਾ ਇੱਕ ਡੱਬੇ ਚੋਂ ਆਪਾਂ ਕਹੀਏ ਤਕਰੀਬ 60 70 ਕਿਲੋ ਹੋ ਜਾ ਹਾਂ ਜੀ ਅਗਰ ਜੇ ਵਾਦਰ ਕੰਡੀਸ਼ਨ ਚੰਗੀ ਰਹਿੰਦੀਆਂ ਤਾਂ 60 ਕਿਲੋ ਦੇ ਆਸ-ਪਾਸ ਆ ਜਾਂਦਾ ਆਪਾਂ 50 ਤੋਂ 60 ਕਿਲੋ ਦੇ ਆਸ-ਪਾਸ ਠੀਕ ਹੈ ਤੇ 60 ਕਿਲੋ ਜੇ ਆਪਾਂ ਮਤਲਬ ਐਵਰੇਜ ਲਈਏ ਫਿਰ ਕਿੰਨੇ ਕੁ ਤਾਂ ਪੈ ਜਾਂਦਾ ਜੀ ਅਗਰ ਜੇ ਤੁਸੀਂ 150 ਦੇ ਹਿਸਾਬ ਨਾਲ ਲਾਉ ਤਾਂ ਵੀ ਲਾ ਲਓ ਠੀਕ ਹੈ ਪਰ ਇਹ ਕੀ ਰੇਟ ਆਇਆ ਹੈ ਰੇਟ ਥੋੜੇ ਵਰੀ ਪ੍ਰੋਬਲਮ ਹੈਗੀ ਬੀਕੀਪਰ ਨੂੰ ਬਹੁਤ ਦਿੱਕਤ ਹੈਗੀ ਕਿਉਂਕਿ ਉਹਦੇ ਖਰਚੇ ਬਹੁਤ ਜ਼ਿਆਦਾ ਹੋ ਜਾਂਦੇ ਆ ਤੇ ਰੇਟ ਪ ਮਾਈਗ੍ਰੇਸ਼ਨ ਦਾ 1 ਸਾਲ ਦਾ ਅਗਰ ਜ ਐਵਰੇਜ ਪਾਈਏ ਤਾਂ 1500 ਦੇ ਆਸ-ਪਾਸ ਇੱਕ ਬਾਕਸ ਖਰਚ ਆਏਗਾ। ਠੀਕ ਹੈ। 1500 ਤੋਂ ਪਾਸ-ਪਾਸ। ਅੱਛਾ ਇਹਦੇ ਦੀ ਇੱਕ ਮਾਰਕੀਟਿੰਗ ਦੀ ਜਰੂਰ ਦੱਸਿਓ ਵੀ ਮਤਲਬ ਜੇ ਮੈਂ ਸ਼ਹਿਦ ਪੈਦਾ ਕਰ ਲਿਆ ਇਹਦੀ ਮਾਰਕੀਟਿੰਗ ਦੀ ਸਮੱਸਿਆ ਹੁੰਦੀ ਹੈ ਕੋਈ? ਨਹੀਂ ਜੀ ਮਾਰਕੀਟਿੰਗ ਦੀ ਕੋਈ ਸਮੱਸਿਆ ਨਹੀਂ ਹੈਗੀ। ਇੱਕ ਸ਼ਹਿਦ ਹੀ ਇਹ ਜਿਆ ਪਦਾਰਥ ਹੈਗਾ ਸਾਰਾ ਮੰਨ ਲੇ ਮੇਰੇ ਹਿਸਾਬ ਨਾਲ ਵੀ ਜਿਹੜਾ ਜਿੱਥੇ ਤੁਸੀਂ ਬੈਠੇ ਹੋ ਵੀ ਹੁਣ ਮੈਂ ਇੱਕ ਬਿਕ ਬਰਥੇ ਬੈਠਾ ਇੱਕ 10 ਕਿਲੋਮੀਟਰ ਇੱਕ 100 ਇੱਕ 500 ਦੰਤੌਰ ਹੈ, ਕਟ ਹੈ। ਹਰ ਥਾਂ ਉਹਦੇ ਫੀਲਡ ਤੋਂ ਚੱਕਿਆ ਜਾਂਦਾ। ਹਣਜੇ ਮੈਂ ਵੀ ਗੱਡੀ ਲੈ ਕੇ ਜਾਵਾਂਗਾ ਤਾਂ ਮੈਂ ਇੱਕ ਬੰਦਾ ਇੱਥੇ ਬੈਠਾ 10 ਕਿਲੋਮੀਟਰ ਤੇ 1.50 ਤੇ ਐ ਚੱਕ ਕੇ ਲਿਆਉਂਗਾ ਅਸੀਂ ਲਿਆ ਕੇ ਇੱਥੇ ਸਾਰਾ ਇਕੱਠਾ ਕਰਾਂਗੇ ਥੋ ਵੱਡੀ ਗੱਡੀ ਭਰਾ ਦਾਂਗੇ ਅੱਛਾ ਖਰੀਦਦਾਰ ਮਤਲਬ ਉੱਥੇ ਪਹੁੰਚ ਜਾਂਦਾ ਹਾਂਜੀ ਉੱਥੇ ਪਹੁੰਚਦੇ ਆਉਣ ਦੀ ਸਪੋਰਟ ਕੋਈ ਸਮੱਸਿਆ ਨਹੀਂ ਆਉਂਦੀ ਨਹੀਂ ਜੀ ਨਹੀਂ ਕੋਈ ਉਦੋਂ ਮੰਨ ਲਾ ਵੀ ਅਸੀਂ ਕਿਰਾਏ ਨਹੀਂ ਲੰਦੇ ਕੁਝ ਨਹੀਂ ਲੰਦੇ ਬਸ ਸਾਡੀ ਗੱਡੀ ਘੁੰਮਦੀ ਉਦੋਂ ਮੈਂ ਗੱਲ ਗਰਾਪਤਾ ਕਾਇਮ ਕਰ ਲੰਨੇ ਆ ਪੂਰਾ ਮਾਲ ਲੋਡ ਬਣ ਜੇ ਅੱਛਾ ਇੱਕ ਜਿਹੜਾ ਤੁਸੀਂ ਇਹ ਦੱਸਿਆ ਹੈਗਾ ਵੀ ਸਰਕਾਰ ਵੱਲੋਂ ਇਹਦੇ ਚ ਸਹਾਇਤਾ ਵੀ ਕੀਤੀ ਜਾਂਦੀ ਹੈ ਜੇ ਕੋਈ ਨਵਾਂ ਵੀ ਕੀਪਰ ਕ ਤੇ ਕੋਈ ਐਬ ਜੀ ਵੀ ਮੰਗ ਹੈਗੀ ਐ ਵੀ ਜਿਹੜੀ ਸਰਕਾਰ ਨੂੰ ਕਰਨੀ ਚਾਹੀਦੀ ਹੈ ਵੀ ਲਾਜ਼ਮੀ ਤੌਰ ਤੇ ਵੀ ਸਰਕਾਰ ਥੋੜਾ ਜਿਹਾ ਹੋਰ ਧਿਆਨ ਦੇ ਦੇ ਤੇ ਇਸ ਧੰਦੇ ਵੱਲ ਲੋਕ ਵੱਧ ਸਕਦੇ ਬਿਲਕੁਲ ਜੀ ਸਰਕਾਰ ਨੂੰ ਬਹੁਤ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਜੇ ਬੀ ਕੀਪਰ ਖਤਮ ਹੋ ਗਿਆ ਜਾਂ ਬੀ ਕੀਪਰ ਨੇ ਮੰਨ ਲਓ ਵੀ ਜਿਵੇਂ ਐਲਬਰਟ ਆਨਸਟਾਈਨ ਨੇ ਦੀ ਇੱਕ ਕਹਾਵਤ ਹੈ ਕਿ ਆਖੀ ਹੈ ਵੀ ਅਗਰ ਜ਼ਿਆਦਾ ਬੀਜ ਖਤਮ ਹੋ ਜਾਂਦੇ ਤਾਂ ਵਿਦੀਨ 3 ਇਅਰਸ ਜਿਹੜੀ ਸ੍ਰਿਸ਼ਟੀ ਤੋਂ ਹੈਗਾ ਉਹ ਭੋਜਨ ਪਦਾਰਥ ਖਤਮ ਹੋਣਾ ਬੰਦ ਹੋ ਚਾਲੂ ਹੋ ਜਾਊਗਾ ਅਗਰ ਬੀਜ ਖਤਮ ਹੋ ਗਈ ਤਾਂ ਉਹੀ ਗੱਲ ਹੈ ਜੇ ਬੀ ਕੀਪਰ ਨੇ ਅਗਰ ਬੀ ਕੀਪਰ ਕੱਲਾ ਆਪਦਾ ਮਤਲਬ ਹੀ ਰੋਜ਼ਗਾਰ ਹੀ ਨਹੀਂ ਪੈਦਾ ਕਰ ਰਿਹਾ ਹੈਗਾ ਜਾਂ ਆਪਦੀ ਜੀਵਨ ਆਪਨ ਨਹੀਂ ਕਰ ਰਿਆ ਉਹ ਉਸਮਾਜ ਸੇਵਾ ਬਹੁਤ ਕਰ ਰਿਹਾ ਇੱਕ 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 ਬਿਗੇ ਪਿਛੇ ਅਗਰ ਜੇ 5 ਕੁਇੰਟਲ ਸਰੋਂ ਦੀ ਹੈਗੀ ਜਿੱਥੇ ਬੀਜ਼ ਹੈਗੀਆਂ ਉੱਤੇ 6 6.5 6.5 7 ਕੁਇੰਟਲ ਦੇ ਆਸ-ਪਾਸ ਸਰੋਂ ਹੁੰਦੀ ਹੈ ਇਲਡ ਵੱਧਦੀ ਹੈ ਜਿਹੜੀ ਆਪਣੇ ਥੋੜੇ ਪੋਲੀਨੀਸ਼ਨ ਕਰਦੀ ਫਸਲ ਦਾ ਸਰਕਾਰ ਸਾਨੂੰ ਕੋਈ ਮਤਲਬ ਜੇ ਅਸੀਂ ਪੋਲੀਨੇਟ ਕਰ ਰਹੇ ਹਾਂ ਫਸਲਾਂ ਨੂੰ ਸਾਨੂੰ ਕੋਈ ਹੈਲਪ ਨਹੀਂ ਮਿਲਦੀ ਅਸਲ ਦੇ ਜੀ ਬੀ ਕੀਪਰ ਨੂੰ ਜਿਵੇਂ ਬਾਹਰਲੇ ਕੰਟਰੀਜ਼ ਫੋਰਨ ਕੰਟਰੀ ਆਲ ਕੰਟਰੀਜ਼ ਹੈ ਉਥੇ ਸਹਿਦ ਦੀ بجائے ਪੋਲੀਨੀਸ਼ਨ ਦਾ ਉਹਨਾਂ ਨੂੰ ਪੈਸਾ ਦੇ ਰਹੀ ਹੈ ਵੀ ਤੁਸੀਂ ਤੁਹਾਡੀ ਬੀਜ਼ ਐ ਇਸ ਫੀਲਡ ਚ ਰੱਖੋ ਪੋਲੀਨੀਸ਼ਨ ਹੋਵੇ ਈਲਡ ਵਧੇ ਈਲਡ ਵਧੂਗੀ ਤਾਂ ਦੇਸ਼ ਦੀ ਇਕਨੋਮੀ ਵਧੂਗੀ ਨੰਬਰ 1 ਨੰਬਰ 2 ਜੇ ਮਾਈਗਰੇਟਰੀ ਹੈਗੀ ਖਰਚੇ ਬਹੁਤ ਹੈਗੇ ਉਹ ਸਾਨੂੰ ਕੋਈ ਸਬਸਿਡੀ ਨਹੀਂ ਮਿਲਦੀ ਉਬੀ ਸਰਕਾਰ ਨੂੰ ਸੋਚਣਾ ਚਾਹੀਦਾ ਉਸ ਬਾਰੇ ਵੀ ਸਾਰਿਆਂ ਨੂੰ ਦੇ ਰਹੀ ਹੈ ਹਾਂਜੀ ਹੁਣ ਜਿਵੇਂ ਬਹੁਤ ਦੇ ਐਕਸਪੋਰਟਰ ਹੈਗੇ ਫਸਲਾਂ ਐਗਰੀਕਲਚਰ ਦੇ ਵਿੱਚ ਐਕਸਪੋਰਟਰ ਨੂੰ ਸਰਕਾਰ ਸਹਾਇਤਾ ਕਰਦੀ ਹੈ ਜੇ ਐਕਸਪੋਰਟ ਕਰਦਾ ਉਹਨੂੰ ਇੱਕ ਟਾਰਗੇਟ ਹੁੰਦਾ ਵੀ ਇੰਨਾ ਕਰਦਾ ਤਾਂ ਤੈਨੂੰ ਇੰਨੇ ਲੱਖ ਅਸੀਂ ਸਬਸਿਡੀ ਦੇ ਤੌਰ ਤੇ ਤੇਰੀ ਹੈਲਪ ਕਰਾਂਗੇ ਸਾਨੂੰ ਨਹੀਂ ਮਿਲਦਾ ਨੰਬਰ 3 ਕਿਸਾਨ ਨੂੰ ਕ੍ਰੈਡਿਟ ਕਾਰਡ ਆਏਗਾ ਠੀਕ ਹੈ ਇੱਕ ਬਿਜ਼ਨਸਮੈਨ ਨੂੰ ਕ੍ਰੈਡਿਟ ਕਾਰਡ ਆਏਗਾ ਲੇਕਿਨ ਬੀ ਕੀਪਰ ਨੂੰ ਨਹੀਂ ਮਿਲ ਰਿਹਾ ਬੀਗੀਪੁਰ ਨਗਰ ਦੇ ਕ੍ਰੈਡਿਟ ਕਾਰਡ ਦੇ ਤੌਰ ਤੇ ਮੰਨ ਲਵਿ ਕਿ ਇਹਨੂੰ ਕ੍ਰੈਡਿਟ ਤੇ ਮਿਲੇ ਉਹਨੂੰ 2-3 ਲੱਖ 4 ਲੱਖ ਜਿੰਨੀ ਕੋਦੇ ਕੋਲ ਬੀਜ ਹੈਗੀਆਂ ਨੈਸ਼ਨਲ ਬੀ ਬੋਰਡ ਕੋਲ ਰਜਿਸਟਰਡ ਆ ਜਾਂ ਪੰਜਾਬ ਸਰਕਾਰ ਕੋਲ ਰਜਿਸਟਰਡ ਹੈਗੀ ਹਾਂ ਹਾਂ ਉਹ ਉਹ ਮੈਂ ਮੰਨ ਲਵਿ ਜਿੰਨਾ ਕਿ ਜੇ ਕਿਸਾਨ ਨੂੰ 4% ਵਿਆਸ ਤੇ ਮਿਲਦਾ ਹੈ ਤੱਬੀ ਕੀਪਰ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਖਰਚੇ ਤਾਂ ਉਹਦੇ ਵੀ ਹੈਗੇ ਹੁਣ ਜਦੋਂ ਮੱਖੀਆਂ ਸਾਰਾ ਮੰਨ ਲਵਿ ਸੀਜ਼ਨ ਖਤਮ ਹੋ ਜਾਏਗਾ ਸਾਡੇ ਖਰਚੇ ਸ਼ੁਰੂ ਹੋ ਜਾਣਗੇ ਲੇਬਰ ਹੋਵੇ ਚੱਲਣੀ ਹੈ ਮੱਕੀ ਦੀ ਫੀਡ ਹੋਵੇ ਚੱਲਣੀ ਹੈ ਮਾਈਗ੍ਰੇਸ਼ਨ ਆਵੇ ਚੱਲਣੀ ਹੈ ਉਹ ਖਰਚੇ ਚੱਲਦੇ ਰਹਿਣੇ ਠੀਕ ਵੀ ਇਹ ਜਿਹੜਾ ਪੋਲਨ ਹੈ ਇਹ ਕੀ ਹੁੰਦਾ ਹੈ ਤੇ ਇਹਦਾ ਕਿਦਾਂ ਮਤਲਬ ਮਾਰਕੀਟਿੰਗ ਦਾ ਕੀ ਸਟੇਟਸ ਹੈ ਪੋਲਨ ਵੀ ਫੁੱਲ ਦਾ ਹੀ ਪਾਰਟ ਹੈ ਜੀ ਫੁੱਲ ਦੇ ਵਿੱਚੋਂ ਸ਼ਹਿਦ ਵੀ ਨੈਕਟਰ ਵੀ ਨਿਕਲਦਾ ਹੈ ਉਹਦੇ ਨਾਲ ਪੋਲਨ ਵੀ ਕਾਹਮ ਪੋਲਨ ਵੀ ਲੈਂਦੀ ਹੈ ਮੱਖੀ ਠੀਕ ਹੈ ਪੋਲਨ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਆਪਣੇ ਜੀ ਸਬਜ਼ੀ ਤੇ ਰੋਟੀ ਸਬਜ਼ੀ ਹੋ ਗਈ ਇਹ ਮੰਨ ਲਓ ਆਪਾਂ ਨੈਕਟਰ ਲੈ ਲਓ ਤੇ ਰੋਟੀ ਕਿਉਂਕਿ ਰੋਟੀ ਦੇ ਨਾਲ ਸਬਜ਼ੀ ਆਪਾਂ ਨੂੰ ਜ਼ਰੂਰੀ ਹੈਗੀ ਦੋਵੇਂ ਚੀਜ਼ਾਂ ਉਸ ਤਰ੍ਹਾਂ ਮੱਖੀ ਨੂੰ ਇਹ ਦੋਵੇਂ ਚੀਜ਼ਾਂ ਜ਼ਰੂਰੀ ਹੈਗੀਆਂ ਠੀਕ ਹੈ ਪੋਲਨ ਹੁੰਦੇ ਪ੍ਰਾਕ ਕਰਨ ਬਹੁਤ ਬਰੀਕ ਹੁੰਦੇ ਆ ਵੀ ਨੰਗੀ ਅੱਖ ਨਾਲ ਇੱਕ ਕਣ ਨਹੀਂ ਦੇਖਿਆ ਜਾ ਸਕਦਾ ਮਾਈਕਰੋਸਕੋਪ ਨਾਲ ਇੰਨੇ ਬਰੀਕ ਕਣ ਹੈ ਮੱਖੀ ਉਹਨਾਂ ਇਕੱਠਾ ਕਰਦੀ ਹੈ ਠੀਕ ਹੈ ਮੱਖੀ ਇਕੱਠਾ ਕਰਕੇ ਆਉ ਦੇ ਬਾਕਸ 'ਚ ਲਿਆਉਂਦੀ ਹੈ ਅਸੀਂ ਇਹਦੇ ਅੱਗੇ ਇੱਕ ਪੋਲਨ ਟਰੈਪ ਲਾ ਦਿੰਨੇ ਆ ਠੀਕ ਹੈ ਉਹ ਪੋਲਨ ਟਰੈਪ ਜਿਹੜਾ ਲਾਉਂਦੇ ਆ ਉਹਦੇ ਵਿੱਚ ਮੱਖੀ ਜਦੋਂ ਕ੍ਰੋਸ ਕਰਦੀ ਹੈ ਸੁਰਾਖ ਵਿੱਚੋਂ ਦੀ ਤਾਂ ਉਹ ਨੈਕਟਰ ਤਾਂ ਅੰਦਰ ਚਲਾ ਜਾਂਦਾ ਸ਼ਾਇਦ ਤਾਂ ਲੇਕਿਨ ਪੋਲਨ ਜਿਹੜੇ ਉਹਦੇ ਪੈਰਾਂ ਦੇ ਵਿੱਚ ਪੋਲਨ ਟੋਕਰੀ ਹੁੰਦੀ ਉਹ ਡ੍ਰਿਪ ਹੋ ਜਾਂਦਾ ਟੋਕਰੀ 'ਚ ਠੀਕ ਹੈ ਕਾਫੀ ਮਹਿੰਗਾ ਵਿਕਦਾ ਹੈ 2 300 400 ਜਿਵੇਂ ਜਿਵੇਂ ਕੁਆਲਟੀ ਹੈ ਸਕੁਆਰ ਡ్రਾਈਡ ਹੈਗਾ ਪੈਕਡ ਹੈਗਾ ਬਾਹਰ ਦੀ ਕੰਪਨੀ ਹੈ ਪੰਜ ਪੰਜ 1000 ਰੁਪਏ ਕਿਲੋ ਵਿੱਚ ਸਨੈਪ ਡੀਲ ਤੇ ਤੁਹਾਨੂੰ 2500 ਰੁਪਏ ਕਿਜੀ ਮਿਲੂਗਾ ਲੇਕਿਨ ਇਹ ਕੇ ਸਭ ਤੋਂ ਬੜੀ ਮਾੜੀ ਗੱਲ ਹੈ ਕਿ ਵੀ ਕੀਪਰ ਤੋਂ ਰੇਟ ਘੱਟ ਮਿਲਦਾ ਹੈ ਠੀਕ ਹੈ ਉਹ ਨਾਤ ਐਕਸਪੋਰਟਰ ਦੇ ਹੱਥ ਹੈਗਾ ਇੱਥੇ ਨਾ ਟਰੇਡਰ ਦੇ ਹੱਥ ਹੈਗਾ ਕਿਉਂਕਿ ਉਹਨੂੰ ਰੇਟ ਉਨਾ ਹੀ ਮਿਲਦਾ ਹੈਗਾ ਅਜੇ ਮਾਰਕੀਟ ਡਿਵੈਲਪ ਕੀਤੀ ਹੈਗੀ ਇਹ ਪਟਿਆਲੇ ਤੋਂ ਜਿਹੜੇ ਮੇਰੇ ਮਿੱਤਰ ਹੈਗੇ ਮੈਂ ਕਹਾਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਅਸੀਂ ਵੀ ਉਹਨਾਂ ਨੇ ਮਾਰਕੀਟ ਡਿਵੈਲਪ ਕਰਤੀ ਆਉਣਾ ਮੱਖੀ ਅੰਦਰ ਗਈ ਹੈ ਜਿਹੜੇ ਤੁਸੀਂ ਇੱਧਰ ਹੋ ਜਾਓ ਉਹਨਾਂ ਨੂੰ ਕਹਿੰਨਾ ਤੁਸੀਂ ਇੱਧਰ ਹੋ ਜਾਓ ਮੱਖੀ ਆ ਨਹੀਂ ਰਹੀ ਤੇ ਧਿਆਨ ਪੈਰਾਂ ਦੇ ਵਿੱਚ ਨਾ ਪੀਲੇ ਪੀਲੇ ਲੱਗਿਆ ਹੋਏਗਾ ਆ ਨਹੀਂ ਰਿਹਾ ਉਹ ਮੱਖੀ ਬੋਲ ਦੇਖੋ ਰਿਹਾ ਕੰਦੂ ਕੋਲਦਰ ਆ ਗਿਆ ਹੁਣ ਆਊਗਾ ਹਾਂ ਦੇਖੋ ਨਾ ਨਹੀਂ ਮੱਖੀ ਆਪ ਕੋਲੇ ਪਿੱਛੋਂ ਲਓ ਪੈਰਾਂ ਦੇ ਵਿੱਚ ਲੱਗਿਆ ਉਹਦੋਂ ਕਲਿੱਕ ਕਰ ਲਿਆ ਜੇ ਮੱਖੀ ਕੋ ਗੀਦਰਾਂ ਆ ਰਹੀ ਆ ਦੇਖੋ ਸਾਰੀ ਆਪਾਂ ਵੀ ਆ ਗਏ ਨਾ ਮਾਣੀ ਨਹੀਂ ਆਉਂਦਾ ਪਰ ਨਾਲੇ ਸੋਸੂ ਆਉਂਦਾ ਇਹ ਬਹੁਤ ਕਟਾਉਂਦਾ ਇਹ ਵੀ ਪੋਲਨ ਹੈ ਜੀ ਇਹ ਮੱਖੀ ਇਦਾਂ ਆਪਦੇ ਮਤਲਬ ਵੀ ਇਹਦੇ ਚ ਪਾਉਂਦੀ ਹੈ ਇਹ ਮੱਖੀ ਦੀ ਖੁਰਾਕ ਹੈ ਸ਼ਹਿਦ ਤੇ ਪੋਲਨ ਨੂੰ ਮਿਲਾ ਕੇ ਮੱਖੀ ਖਾਂਦੀ ਹੈ ਬੱਚੇ ਨੂੰ ਖਿਲਾਉਂਦੀ ਹੈ ਆਪ ਖਾਂਦੀ ਹੈ ਇਹ ਪੀਲੇ ਕਲਰ ਵਾਲਾ ਜੀ ਹਾਂ ਇਹ ਪੀਲੇ ਕਲਰ ਦਾ ਪੋਲਨ ਹੈ ਜੀ ਹੁਣ ਥੋੜੇ ਦਿਨਾਂ ਬਾਅਦ ਰੈੱਡ ਆਣ ਲੱਗ ਜੂਏ ਪਿਆਜੀ ਦਾ ਇਹ ਛੈ ਨਹੀਂ ਕੋਈ ਐ ਨਹੀਂ ਰੈੱਡ ਦਾਣਾ ਹੈ ਨਹੀਂ ਆਹ ਬਈ ਜਿਹੜਾ ਸ਼ਾਇਦ ਕੱਢਣ ਵਾਲੀ ਮਸ਼ੀਨ ਐ ਜਾਂ ਮਤਲਬ ਸਾਫ਼ ਕਰਦੇ ਹੋ ਜਾਂ ਜਿੱਦਾਂ ਵੀ ਹੈਗਾ ਇਹ ਇਹ ਕੀ ਹੈਗਾ ਤੇ ਇਹ ਕਿਦਾਂ ਕਰਦੇ ਨੇ ਮਸ਼ੀਨ ਦੀ ਜਿੱਦਾਂ ਆਪਣੇ ਵਾਸ਼ਿੰਗ ਮਸ਼ੀਨ ਹੁੰਦੀ ਹੈ ਕੱਪੜਾ ਸੁਕਾਉਣ ਦੇ ਰੈਡੀਅਲ ਮਸ਼ੀਨ ਹੁੰਦੀ ਜਸਟ ਸਿੰਪਲ ਮੇਜੇ ਰੋਟੇਟ ਹੋ ਗਈ ਰੈਡੀਲੀ ਤਾਂ ਵੈਕਿਊਮ ਦੇ ਪ੍ਰੈਸ਼ਰ ਨਾਲ ਸਾਈਡਾਂ ਤੇ ਸ਼ਾਇਦ ਨਿਕਲ ਜਾਂਦਾ ਹੈਗਾ ਅੱਛਾ ਥੱਲੇ ਮਤਲਬ ਹਾਂਜੀ ਠੀਕ ਹੈ ਜੀ ਇਹਨੂੰ ਹੁਣ ਚੇਂਜ ਕਰੀ ਜਨੇ ਹੁਣ ਇਹ ਮਾਲ ਫਰੂਟ ਕਟ ਸਟੀਲ ਦੀ ਮਸ਼ੀਨ ਹੈਗੀ ਵੀ ਨੈਕਸਟ ਆਫਟਰ ਆਦਨ ਚੇਂਜ ਕਰਕੇ ਫੂਡ ਬਿਲ ਸਟੀਲ ਤੇ ਲੈਣ ਲੱਗ ਰਿਹਾ ਸਾਰਾ ਕੁਝ ਸ਼ਾਇਦ ਦੀ ਲੋਕਾਂ ਦੇ ਵਿੱਚ ਇੱਕ ਮਤਲਬ ਸ਼ਾਇਦ ਵਾਰ ਲੱਗਦਾ ਸ਼ਾਇਦ ਇਹ ਬੜਾ ਭ੍ਰਮ ਹੈਗਾ ਕਿ ਜੰਮਿਆ ਸ਼ਾਇਦ ਡੁਪਲੀਕੇਟ ਹੈ ਨਹੀਂ ਜੰਮਿਆ ਸ਼ਾਇਦ ਡੁਪਲੀਕੇਟ ਨਹੀਂ ਹੈ ਆਮ ਲੋਕਾਂ ਨੂੰ ਆਮ ਲੋਕਾਂ ਦੀ ਹਾਂਜੀ ਮਿਲਾਵਟ ਹੈਗੀ ਨਾ ਐਦਾਂ ਕੁਝ ਨਹੀਂ ਹੈ ਮਿਲਾਵਟ ਦਾ ਇਹ ਪਤਾ ਐਦਾਂ ਨਹੀਂ ਹੈਗਾ ਜੀ ਜੇ ਸ਼ਾਇਦ ਜੰਮ ਗਿਆ ਜਿਹੜਾ ਸ਼ਾਇਦ ਜੰਮਣ ਤੋਂ ਬਾਅਦ ਤੁਸੀਂ ਉਹਨੂੰ ਗਰਮ ਪਾਣੀ ਦੇ ਵਿੱਚ ਪਲੇਸ ਕਰ ਦਿਓ ਬੋਟਲ ਨੂੰ ਐਜ਼ ਇਟ ਇਜ਼ ਜਿਉ ਲਿਕਵਿਡ ਫਾਰਮ ਚ ਆ ਜਾਵੇ ਪਾਣੀ ਉਬਾਲੋ ਟੋਪੀਏ ਦੇ ਵਿੱਚ ਉਹ ਬੋਟਲ ਉਹਦੇ ਵਿੱਚ ਪਲੇਸ ਕਰਤੀ 15-20 ਮਿੰਟ ਵੇਟ ਕਰੋ ਠੀਕ ਹੈ ਅਗਰ ਜੇ ਜਿਆਦਾ ਠੰਡ ਹੈਗੀ ਤਾਂ ਦੁਬਾਰਾ ਫਿਰ ਪਾਣੀ ਉਬਾਲ ਕੇ ਇੱਕ ਵਾਰੀ ਫਿਰ ਪਲੇਸ ਕਰ ਦੋ ਦੋ ਵਾਰੀ ਕਰਤੀ ਹਿਲਾਓ ਬੋਟਲ ਨੂੰ ਜੇ ਉਹ ਲਿਕਵਿਡ ਆ ਗਿਆ ਦੈਨ ਇਟਸ ਪਿਓਰ 100 ਟੂ 100 ਪਰਸੈਂਟ ਪਿਓਰ ਕਿਉਂਕਿ ਜੇ ਖੰਡ ਹੈਗੀ ਤਾਂ ਖੰਡ ਇੱਕ ਵਾਰੀ ਜੰਮ ਗਈ ਉਹ ਦੁਬਾਰਾ ਕਦੇ ਪਿੰਗਲਦੀ ਨਹੀਂ ਉਹ ਲਿਕਵਿਡ ਫਾਰਮ 'ਚ ਨਹੀਂ ਆਉਂਦੀ ਜਦੋਂ ਤੱਕ ਉਸ ਵਿੱਚ ਤੁਸੀਂ ਪਾਣੀ ਨਹੀਂ ਪਾਉਂਗੇ ਠੀਕ ਹੈ ਸ਼ਹਿਦ ਹੈਗਾ ਜੇ ਜੰਮ ਗਿਆ ਦੇਖਿਆ ਉਹ ਵੀ ਥੱਲੇ ਥੋੜਾ ਜਿਹਾ ਸ਼ਹਿਦ ਜੰਮ ਜਾਂਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਫੇਰ ਵੀ ਚਲੋ ਬੋਜੀ ਕੰਪਨੀ ਐ ਪਰ ਉਹ ਜੰਮਿਆ ਸ਼ਾਇਦ ਉਹਨਾਂ ਹੀ ਪਿਓਰਾ ਹੈ ਬਾਕੀ ਸਾਰਾ ਸਾਰਾ ਆਪਾਂ ਕਾਰਨ ਸਰਪ ਐ ਰਾਇ ਸਿਰਪ ਐ ਕੁਛੇ ਦੇ ਉੱਤੇ ਹੁਣ ਲਗਾਮ ਲੱਗੀ ਹੈਗੀ ਥੋੜੀ ਬਹੁਤ ਉਹ ਲਗਾਮ ਲੱਗਣ ਕਾਰਨ ਸ਼ਾਇਦ ਦਾ ਰੇਟ ਥੋੜਾ ਬਹੁਤ ਬਣ ਲੱਗ ਰਿਹਾ ਧੀਰੇ ਧੀਰੇ ਬਾਕੀ ਅੱਦੇ ਤਜ ਤੱਕ ਬੋਜੀ ਹੈਗੀਆਂ ਉਹ ਆਪਾਂ ਨੂੰ ਸਿਰਫ ਸ਼ਹਿਦ ਦੇ ਨਾਮ ਤੇ ਆਪਾਂ ਨੂੰ ਸਿਰਫ ਹੀ ਖਵਾਨ ਲੱਗ ਰਹੀਆਂ ਤੇ ਮੈਂ ਅੱਜ ਵੀ ਤੁਹਾਡੇ ਮੰਨ ਲਾ ਵੀ ਚੈਨਲ ਦੇ ਮਾਧਿਅਮ ਤੇ ਵੀ ਆਹ ਸੰਦੇਸ਼ ਦੇਣਾ ਚਾਹੂੰਗਾ ਵੀ ਤੁਸੀਂ ਆਮ ਜਨਨ ਕਿੱਥੋਂ ਵੀ ਤੁਸੀਂ ਖਰੀਦੋ ਸ਼ਹਿਦ ਕੱਲਾ ਮਧੂਮੱਖੀ ਪਾਲਕ ਤੋਂ ਖਰੀਦੋ ਉਹ ਤੁਹਾਨੂੰ ਪਿਓਰ ਦਊਗਾ ਜੋ ਜਮ ਜਾਂਦਾ ਹੈ ਉਹ ਡੁਪਲੀਕੇਟ ਨਹੀਂ ਹੈ ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਕਰੋ ਤੁਹਾਨੂੰ ਪ੍ਰੋਬਲਮ ਆਉਂਦੀ ਤਾਂ ਪਰ ਤੁਸੀਂ ਬੀ ਕੀਪਰ ਤੋਂ ਹੀ ਸ਼ਹਿਦ ਖਰੀਦੋ ਇਹ ਭਾਈ ਇਹਦੇ ਬਾਰੇ ਨਹੀਂ ਦੱਸੋ ਇਹ ਤੁਸੀਂ ਆਪ ਹੀ ਪ੍ਰੋਵਾਈਡ ਕਰਾਉਣੇ ਜਿਵੇਂ ਨਵੇਂ ਜਿਹੜੇ ਬੀ ਕੀਪਰ ਆਉਂਦੇ ਆਪਾਂ ਡੱਬੇ ਵੀ ਪ੍ਰੋਵਾਈਡ ਕਰਾਉਣੇ ਆ ਤੇ ਮੱਖੀ ਵੀ ਪ੍ਰੋਵਾਈਡ ਕਰਾਉਣੇ ਆ ਪੰਜਾਬ ਸਰਕਾਰ ਨੂੰ ਬਾੜ ਸਰਕਾਰ ਨੂੰ ਤੇ ਵੈਸੇ ਵੀ ਕੋਈ ਭਰਾ ਲੈਣਾ ਚਾਵੇ ਤਾਂ ਵੀ ਦਿੰਨੇ ਆ ਠੀਕ ਹੈ ਜੀ ਬਕਸੇ ਬਣਾਉਣੇ ਵੀ ਆ ਬਣਵਾ ਕੇ ਵੀ ਦਿੰਨੇ ਆ ਦੇ ਪਰ ਆਰਡਰ ਤੇ ਆਰਡਰ ਤੇ ਇਸ ਬਕਸਾ ਦੇ ਨਿਆ ਅਸੀਂ ਸਾਡੇ ਕੋਲੇ ਬਕਸਾ ਕਰੀਬ ਕਰੀਬ 850 ਤੋਂ ਲੈ ਕੇ ਤੇ 1600 1800 ਤੱਕ ਹੈਗਾ ਉਹ ਅਲੱਗ-ਅਲੱਗ ਲੱਕੜ ਦਾ ਡਿਫਰੈਂਸ ਆ ਜਾਂਦਾ ਹੈਗਾ ਵੀ ਕੋਈ ਕਿਨਕੇ ਜਿਹਾ ਬਕਸਾ ਲੈਣਾ ਚਾਹੁੰਦਾ ਹੈ ਕੀ ਜੀ ਕੁਆਲਿਟੀ ਦਾ ਲੈਣਾ ਚਾਹੁੰਦਾ ਹੈਗਾ ਠੀਕ ਹੈ ਜੀ ਤੇ ਅਸੀਂ ਇਹ ਪਹਿਲਾਂ ਇਹਦੀ ਸ਼ੁਰੂ ਪਹਿਲੇ ਸਾਲ ਸ਼ੁਰੂ ਕੀਤਾ ਹੈਗਾ ਇੱਕ ਫਰੇਮ ਇਹਦੇ ਵਿੱਚ ਫਰੇਮ ਪੈਂਦੇ ਹੈਗੇ ਫਰੇਮ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਹੈਗਾ ਉਹ ਵੀ ਬਣਾ ਰਹੇ ਹਾਂ ਹਾਂ ਮੈਂ ਸ਼ਾਇਦ ਇਹ ਮੇਰਾ ਸ਼ਾਇਦ ਜਿੰਨਾ ਲਿਕਵਿਡ ਸ਼ਾਇਦ ਉਤਪਾਦਨ ਹੁੰਦਾ ਹੈ ਚਾਹ ਉਹ ਮਲਟੀ ਦਾ ਹਿਮਾਚਲ ਮਲਟੀ ਹੈ ਪੰਜਾਬ ਮਲਟੀ ਹੈ ਜਾਂ ਟਾਲੀ ਦਾ ਹੈ ਜਾਂ 베ਰੀ ਦਾ ਹੈ ਉਹਦੇ ਵਿੱਚੋਂ 25 ਤੋਂ 30% ਕਰੀਬ-ਕਰੀਬ ਮੈਂ ਰਿਟੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਹਰ ਸਾਲ ਮੇਰਾ 5-5 ਸਾਈਡ 2-4-5 2-4-5% ਬੜੋਤਰੀ ਹੋ ਰਹੀ ਹੈ ਤੇ ਬਾਕੀ ਵੀ ਕੀਪਰ ਭਰਾਵਾਂ ਨੂੰ ਵੀ ਕਹਿੰਦਾ ਵੀ ਕੁਝ ਨੁਕਸ ਆਪ ਦਾ ਰਿਟੇਲ ਕਰਿਆ ਕਰੋ ਮੈਂ ਵੀ ਰਿਟੇਲ ਕਰਦਾ ਪ੍ਰੋਸੈਸ ਤੇ ਜਸਟ ਫਿਲਟਰ ਕਰਦੇ ਆ ਨੈਚੁਰਲ ਤਰੀਕੇ ਨਾਲ ਫਿਲਟਰ ਕਰਕੇ ਓਨਲੀ ਸ਼ਾਇਦ ਨੂੰ ਜਿਹੜੀ 3 ਤੋਂ 4 ਜਿਹੜਾ ਵੈਕਸ ਕਪੜਾ ਕਪੜੇ ਦੀ 3-4 ਤਿਆਂ ਲਾ ਕੇ ਉਹਦੇ ਅਸੀਂ ਪ੍ਰੋਸੈਸ ਕਰਦੇ ਹਾਂ ਫਿਲਟਰ ਕਰਦੇ ਹਾਂ ਸਾਫ ਕਰਕੇ ਤੇ ਪੈਕਿੰਗ ਕਰਕੇ ਐਫਐਸਐਸਆਈ ਨੰਬਰ ਲੱਤਾ ਵੈਗਾ ਪੈਕਿੰਗ ਕਰਕੇ ਤੇ ਆਪਦਾ ਵਿਜ਼ਿਟਿੰਗ ਕਾਰਡ ਜਾਂ ਆਪਦਾ ਰੈਪਰ ਆਪਦੀ ਫਰਮ ਦਾ ਜੇ ਮੇਰੀ ਫਰਮ ਦਾ ਨਾਮ ਹੈਗਾ ਹਿੰਬੀ ਹਨੀਬੀ ਫਾਰਮ ਦਾਸੀ ਰੈਪਰ ਲਾ ਕੇ ਆਪਦਾ ਸੇਲ ਕਰ ਰਹੇ ਹਾਂ ਰਿਟੇਲ ਕਰ ਰਹੇ ਹਾਂ ਉਹਦੇ ਉਹਦੇ ਨਾਲ ਮੈਂ ਪਿਛਲੇ ਸਾਲ ਤੋਂ ਇੱਕ ਸ਼ੁਰੂ ਕੀਤਾ ਹੈ ਵੀ ਆਮਲੇ ਦਾ ਮਰਬਾ ਸ਼ਹਿਦ ਦੇ ਵਿੱਚ ਥੋੜੀ ਜੀ ਕੋਸਟ ਕਾਫੀ ਜ਼ਿਆਦਾ ਪੈ ਜਾਂਦੀ ਹੈ ਕਿਉਂਕਿ 1 1 ਕਿਜੀ ਆਮਲੇ ਦਾ ਮਰਬਾ ਬਣਾਈਏ ਤਾਂ ਉਹਦੇ ਵਿੱਚ 2 ਤੋਂ 2.5 ਕਿਲੋ ਸ਼ਾਇਦ ਖਰਾਬ ਹੋ ਜਾਂਦਾ ਹੈ ਖਰਾਬ ਹੋਣ ਦਾ ਮਤਲਬ ਵੀ ਲਿਕਵਿਡ ਹੋ ਜਾਂਦਾ ਕਿਉਂਕਿ ਆਮਲਾ ਆਪਦਾ ਰਸ ਛੱਡ ਦੇਗਾ ਲੇਕਿਨ ਉਹ ਵੀ ਐਜ਼ ਅ ਡਰਿੰਕ ਪੀਤਾ ਜਾ ਸਕਦਾ ਹੈਗਾ ਮధుਮਕੀ ਪਾਲਨ ਦੇ ਵਿੱਚ ਸਭ ਤੋਂ ਵੱਡਾ ਇੱਕ ਜਿਹੜਾ ਬੈਨੀਫਿਟ ਹੈਗਾ ਵੀ ਕੋਈ ਵੀ ਲੈਂਡਲੈਸ ਜਿਵੇਂ ਮੈਂ ਹਾਂ ਮੈਂ ਲੈਂਡਲੈਸ ਹਾਂ ਮੇਰੇ ਕੋਲ ਇੱਕ 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 ਔੜਾ ਵੀ ਜ਼ਮੀਨ ਹੈ ਨਹੀਂ ਬਿਲਕੁਲ ਲੈਂਡਲੈਸਾਂ ਕੋਈ ਵੀ ਆਦਮੀ ਲੈਂਡਲੈਸ ਪਰਸਨ ਇਹ ਕੰਮ ਕਰ ਸਕਦਾ ਧੰਦਾ ਕਰ ਸਕਦਾ ਉਹਨੂੰ ਕੋਈ ਜ਼ਮੀਨ ਦੀ ਕੋਈ ਲੋੜ ਨਹੀਂ ਹੈਗੀ ਮੇਰੇ ਕੋਲੋਂ ਕਿਸੇ ਵੀ ਵੀਰਨੇ ਸ਼ੈਦ ਲੈਣਾ ਆਵੇ 100% ਪਿਓਰ ਜੇ ਕੋਈ ਕੰਪਲੇਂਟ ਆਉਂਦੀ ਹੈ ਤਾਂ ਵਿਦ ਪੈਸੇ ਵਾਪਿਸ ਕਰਾਂਗਾ ਉਹ ਕੋਈ ਵੀ ਮਿੱਥੋਂ ਆਨਲਾਈਨ ਮੇਰਾ ਫੋਨ ਨੰਬਰ ਹੈਗੇ ਮੇਰਾ ਫੋਨ ਨੰਬਰ 99142737 ਤੇ ਵਟਸਐਪ ਨੰਬਰ ਹੈ 946402737 ਤੁਸੀਂ ਫੋਨ ਇੱਕ ਫੋਨ ਕਾਲ ਕਰਕੇ ਇਹ ਮੈਸੇਜ ਲਾ ਕੇ ਕਿਤੇ ਵੀ ਆਲ ਆਵਰ ਇੰਡੀਆ ਵਾਇਆ ਕੋਰੀਅਰ ਜਾਂ ਟ੍ਰਾਂਸਪੋਰਟ ਹਣੀ ਮੰਗਵਾ ਸਕਦੇ ਹੋ ਟ੍ਰਾਂਸਪੋਰਟ ਚਾਰजेस ਤੁਹਾਡੇ ਹੈਗੇ ਹਾਂ ਸ਼ੈਦ ਦੀ ਗਾਰੰਟੀ 101% ਮੇਰੀ ਹੈ